ਸੰਗਤ ਟੈਲੀਵਿਜ਼ਨ ਦੇ ਮਾਧਮ ਦੁਆਰਾ ਜੁੜ ਬੈਠੇ ਦਰਸ਼ਕ ਜਨੋ ਦਾਸ ਭਾਈ ਨਰਿੰਦਰ ਸਿੰਘ ਜੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਲੈ ਕੇ ਗੁਰਬਾਣੀ ਇਸ ਜਗ ਮੈਂ ਚਾਨਣ ਗੁਰਬਾਣੀ ਦੇ ਦੁਆਰਾ ਜੋ ਸਾਨੂੰ ਸਿੱਖਿਆਵਾਂ ਮਿਲਦੀਆਂ ਨੇ ਉਹਨਾਂ ਸਿੱਖਿਆ ਨੂੰ ਧਾਰਨ ਵਾਲਾ ਹੀ ਗੁਰਸਿੱਖ ਹੈ ਜਿਨ੍ਹਾਂ ਨੇ ਗੁਰਸਿੱਖੀ ਕਮਾਈ ਹੈ ਉਹਨਾਂ ਦਾ ਜੀਵਨ ਲੋਕ ਤੇ ਪਰਲੋਕ ਦੇ ਸੁੱਖ ਪ੍ਰਾਪਤ ਹੋਏ ਗੁਰੂ ਪਿਆਰਿਓ ਇਹ ਗੁਰਬਾਣੀ ਸਾਨੂੰ ਲੋਕ ਤੇ ਪਰਲੋਕ ਦੇ ਸੁੱਖ ਪ੍ਰਦਾਨ ਕਰਦੀ ਹੈ ਸੋ ਜਿਤਨੇ ਵੀ ਸੰਗਤਾਂ ਜੁੜੇ ਬੈਠੀਆਂ ਨੇ ਸਬਦ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਸਪੌਂਸਰ ਜਰੂਰ ਕਰੋ ਸੇਵਾ ਕਰੋ ਗੁਰੂ ਦੀ ਸੇਵਾ ਹੀ ਆਪਾਂ ਕਰ ਸਕਦੇ ਆ ਗੁਰਬਾਣੀ ਦੀ ਕੋਈ ਕੀਮਤ ਨਹੀਂ ਦੇ ਸਕਦਾ ਕੀਮਤ ਪਾਏ ਨਾ ਕਿਹਾ ਜਾਏ ਵਾਹਿਗੁਰੂ ਸਿਰਫ ਸੇਵਾ ਕਰ ਸਕਦੇ ਆ ਤਾਂ ਜੇਕਰ ਅਸੀਂ ਸੇਵਾ ਵੀ ਨਾ ਕਰ ਸਕੇ ਸਿੱਖੀ ਵੀ ਨਹੀਂ ਧਾਰਨ ਕਰ ਸਕੇ ਤੇ ਫਿਰ ਮਨਮੁਖ ਰਹਿ જ ਮੰਗੇ ਮਨਮੁਖਾਂ ਦੇ ਜੋ ਹਾਲ ਆ ਉਹ ਫਿਰ ਗੁਰਬਾਣੀ ਪੜ ਕੇ ਵੇਖੋ ਕਿ ਉਹਨਾਂ ਦੇ ਕੀ ਕੀ ਮੰਦੇ ਹਾਲ ਹੁੰਦੇ ਨੇ ਗੁਰਮੁਖ ਜਨਾਂ ਨੂੰ ਜਿਹੜਾ ਆਨੰਦ ਪ੍ਰਾਪਤ ਹੁੰਦਾ ਏ ਜਿਨ੍ਹਾਂ ਨੇ ਪਰਮ ਆਨੰਦ ਦੀ ਪ੍ਰਾਪਤੀ ਕੀਤੀ ਹੈ ਉਹਨਾਂ ਮਹਾਂਪੁਰਖਾਂ ਦੀ ਗੁਰੂਆਂ ਦੀ ਭਗਤਾਂ ਦੀ ਬਾਣੀ ਆਪਾਂ ਹਰ ਰੋਜ਼ ਪੜ੍ਹਦੇ ਆ ਉਹਨਾਂ ਮਹਾਂਪੁਰਖਾਂ ਨੇ ਸਾਨੂੰ ਇਹ ਗੱਲ ਸਮਝਾਈ ਕਿ ਜੇ ਤੁਸੀਂ ਵੀ ਇਸ ਮਹਾ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤੁਸੀਂ ਵੀ ਸੇਵਾ ਤੇ ਭਗਤੀ ਕਰੋ ਸੋ ਗੁਰੂ ਪਿਆਰਿਓ ਆਓ ਆਪਾਂ ਸੰਗਤ ਟੈਲੀਵਿਜ਼ਨ ਦੇ ਮਾਧਮ ਦੁਆਰਾ ਜੋ ਇਹ ਪ੍ਰੋਗਰਾਮ ਅੱਜ ਦੇ ਸਨਮੁਖ ਪੇਸ਼ ਕੀਤਾ ਜਾਂਦਾ ਹੈ 10 ਦੇ ਨਾਲ 7 ਦਿਨ ਵਾਸਤੇ ਲੰਦਰ ਸਟੂਡੀਓ ਵਿੱਚ ਮੌਜੂਦ ਨੇ ਪਾਈ ਨਿਰਪਾਰ ਸਿੰਘ ਜੀ ਪ੍ਰਦੇਸੀ ਤੇ ਉਹਨਾਂ ਦੇ ਨਾਲ ਆਪਾਂ ਮਿਲ ਕੇ ਇਹ ਵਿਚਾਰਾਂ ਕਰਨੀਆਂ ਨੇ ਕਿਉਂਕਿ ਬਹੁਤ ਵੱਡੇ ਵਿਦਵਾਨ ਨੇ ਵਾਹਿਗੁਰੂ ਪਾਤਸ਼ਾਹ ਦੀ ਇਹਨਾਂ ਤੇ ਬੜੀ ਕਿਰਪਾ ਹੈ ਕਿਉਂਕਿ ਵਿਦਵਾਨਾਂ ਦੇ ਕੋਲੋਂ ਹੀ ਸਾਨੂੰ ਗੁਰਬਾਣੀ ਦੇ ਗਹਿਰੇ ਭਾਵ ਅਰਥ ਦਾ ਪਤਾ ਲੱਗਦਾ ਹੈ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਸਟੂਡੀਓ ਵਿੱਚ ਆਪਾਂ ਇਸ ਤਰ੍ਹਾਂ ਦੇ ਵਿਦਵਾਨ ਗਿਆਨਬਾਨ ਜਿਨ੍ਹਾਂ ਨੇ ਆਪਣਾ ਜੀਵਨ ਆਪ ਕਮਾਇਆ ਹੋਵੇ ਇਹ ਬਹੁਤ ਜ਼ਰੂਰੀ ਹੈ ਗੱਲਾਂ ਕਰਨੀਆਂ ਜਿਤਨੀਆਂ ਮਰਜ਼ੀ ਕਰੀ ਜਾਓ ਗੱਲਾਂ ਦੇ ਨਾਲ ਨੇ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀਏ ਸੋਈ ਸੋ ਜਿਤਨੀ ਅਭੀ ਸੰਗਤਾਂ ਜੁੜੇ ਬੈਠੀਆਂ ਨੇ ਆਪ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਔਰ ਪਾਈ ਨਿਰਪਾਲ ਸਿੰਘ ਜੀ ਪਰਦੇਸੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਬਹੁਤ ਵੱਡੇ ਭਾਗ ਨੇ ਕਿਉਂਕਿ ਗੁਰਬਾਣੀ ਦੇ ਨਾਲ ਜੁੜਨਾ ਹੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਇਹ ਕੌਣ ਦੱਸ ਰਿਹਾ ਹੈ ਵੱਡ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਦੁਨੀਆ ਦੀਆਂ ਗੱਲਾਂ ਬਥੇਰੀਆਂ ਹੋ ਜਾਂਦੀਆਂ ਨੇ ਚੁਗਲੀ ਨਿੰਦਿਆ ਬਥੇਰੀ ਹੋ ਜਾਂਦੀ ਹੈ ਈਰਖਾ ਲੜਾਈਆਂ ਝਗੜੇ ਹੋਰ ਸਭ ਕੁਝ ਹੋ ਜਾਂਦਾ ਹੈ ਦੁਨੀਆ ਦੀ ਦੌਲਤ ਵੀ ਬੜੀ ਇਕੱਠੀ ਹੋ ਜਾਂਦੀ ਹੈ ਪਰ ਗੁਰੂ ਪਾਚਾ ਨੇ ਆਖਿਆ ਉਹ ਵੱਡੇ ਭਾਗਾ ਵਾਲੇ ਨਹੀਂ ਵੱਡੇ ਭਾਗਾ ਵਾਲੇ ਉਹੀ ਨੇ ਬਡੁ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਆਓ ਫੇ ਸਤ ਸੰਗੀ ਜੇ ਨੂੰ ਆਪਾਂ ਮਿਲ ਕੇ ਉਸ ਪ੍ਰਭੂ ਦੇ ਗੁਣ ਗਾਈਏ ਗੁਰਬਾਣੀ ਸਾਡੇ ਕੋਲ ਹੈ ਗੁਰੂਆਂ ਨੂੰ ਆਪਾਂ ਨਾਲ ਲੈ ਕੇ ਉਸ ਮਾਲਕ ਦੇ ਗੁਣ ਗਾਈਏ ਤਾਂ ਕਿ ਆਪਣੇ ਜੀਵਰ ਵਿੱਚ ਕੁਝ ਨਾ ਕੁਝ ਆਪਸੋ ਖਾਲੇ ਹੋ ਸੋ ਕੀਏ ਸੋ ਆਓ ਜਿੱਥੇ ਆਪਾਂ ਗੁਰਬਾਣੀ ਦੇ ਵਿਚਾਰ ਸਰਵਣ ਕਰਨੇ ਨੇ ਉੱਥੇ ਸਤਸੰਗੀ ਜੀ ਨੂੰ ਸਭ ਸੰਗਤਾਂ ਨੂੰ ਪਤਾ ਹੈ ਕਿ ਸੰਗਤ ਟੈਲੀਵਿਜ਼ਨ ਦੇ ਮਾਧਮ ਦੁਆਰਾ ਜੋ ਲੰਗਰਾਂ ਦੀ ਸੇਵਾ ਆਤ ਉੱਠ ਚੱਲ ਰਹੀ ਹੈ ਔਰ ਬਿਆੰਤ ठाਵਾ ਤੇ ਚੱਲ ਰਹੀ ਹੈ ਤੇ ਸੰਗਤਾਂ ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਟੈਲੀਫੋਨ ਕਰਕੇ ਇਸ ਸੇਵਾ ਦੇ ਵਿੱਚ ਯੋਗਦਾਨ ਪਾ ਰਹੇ ਨੇ ਸੋ ਗੁਰੂ ਪਿਆਰਿਓ ਸ੍ਰੀ ਪਟਨਾ ਸਾਹਿਬ ਵਿਖੇ ਇਹ ਲੰਗਰ ਸੰਗਤ ਟੈਲੀਵਿਜ਼ਨ ਦੀਆਂ ਸੰਗਤਾਂ ਵੱਲੋਂ ਅਤੁੱਟ ਵਰਤ ਰਿਹਾ ਹੈ ਤੇ ਇਸੇ ਢੰਗ ਦੇ ਨਾਲ ਪੀਜੀਆਈ ਚੰਡੀਗੜ੍ਹ ਹਸਪੀਟਲ ਦੇ ਸਾਹਮਣੇ ਉੱਥੇ ਵੀ ਸੰਗਤਾਂ ਬਿਆੰਤ ਲੰਗਰ ਛਕ ਰਹੀਆਂ ਨੇ ਤੇ ਸੰਗਤ ਟੈਲੀਵਿਜ਼ਨ ਦੀਆਂ ਸੰਗਤਾਂ ਸੇਵਾ ਕਰ ਰਹੀਆਂ ਨੇ ਇਸੇ ਤਰ੍ਹਾਂ ਬਾਬਾ ਸੁੱਚਾ ਸਿੰਘ ਜੀ ਮਿਲ ਕੇ ਆਨੰਦਗਰ ਵਿਖੇ ਉੱਥੇ ਵੀ ਲੰਗਰ ਦੀ ਸੇਵਾ ਹੋ ਰਹੀ ਹੈ ਵੱਡੇ ਪਾਗ ਨੇ ਜੋ ਇਹ ਸੇਵਾ ਦਾ ਕੁੰਭ ਲੱਗਾ ਹੋਇਆ ਹੈ ਤੇ ਸੰਗਤਾਂ ਹਮ ਹਮਾ ਕੇ ਆਪਣੇ ਦਸਨਾਂ ਦੀ ਕਿਰਤ ਕਮਾਈ ਨੂੰ ਸਫਲਾ ਕਰ ਰਹੇ ਨੇ ਗੁਰੂ ਪਿਆਰਿਓ ਸਕਰੀਨ ਤੇ ਨੰਬਰ ਵੇਖੋ ਡਾਇਲ ਕਰੋ ਤੇ ਹੁਣੇ ਸੇਵਾ ਪਰ ਬਰਬਾਨ ਕਰੋ ਸੋ ਇਸੇ ਢੰਗ ਦੇ ਨਾਲ ਗੁਰੂ ਕੇ ਮਹਿਲ ਸ੍ਰੀ ਅਮਰਤ ਸਰ ਵਿਖੇ ਅਤੇ ਬਾਬਾ ਬਕਾਲਾ ਵਿਖੇ ਇਹ ਆਪਜੀ ਦੀਆਂ ਲੰਗਰਾਂ ਦੀ ਸੇਵਾਵਾਂ ਹੋ ਰਹੀਆਂ ਨੇ ਸੋ ਸਭ ਸੰਗਤਾਂ ਜ਼ਰੂਰ ਸੰਗਤ ਟੈਲੀਵਿਜ਼ਨ ਦੇ ਨਾਲ ਮਿਲ ਕੇ ਆਪਾਂ ਇਹਨਾਂ ਸੇਵਾਵਾਂ ਦੇ ਵਿੱਚ ਯੋਗਦਾਨ ਪਾਈਏ ਸੋ ਗੁਰੂ ਪਿਆਰਿਓ ਆਓ ਜੋ ਲੜੀਵਾਰ ਕਥਾ ਲੜੀਵਾਰ ਵਿਚਾਰ ਚੱਲ ਰਹੇ ਨੇ ਸਤਿਗੁਰੂ ਨੇ ਜਿੰਨੀ ਕੁ ਸਮਤ ਦਿੱਤੀ ਹੈ ਉਤਨੀ ਕਿ ਹੀ ਆਪਾਂ ਗੱਲ ਕਰ ਸਕਦੇ ਆ ਜਿੱਥੇ ਤੱਕ ਅਵਸਥਾ ਗੁਰੂ ਦੀ ਹੈ ਜਦ ਤੱਕ ਸਾਡੀ ਅਵਸਥਾ ਉੱਥੇ ਤੱਕ ਪਹੁੰਚ ਨਹੀਂ ਜਾਂਦੀ ਅਸੀਂ ਗੁਰਬਾਣੀ ਨੂੰ ਸਮਝੇ ਨਹੀਂ ਸਕਦੇ ਏ ਵੱਡੂ ਉੱਚਾ ਹੋਵੇ ਕੋਏ ਉਸ ਉੱਤੇ ਕੋ ਜਾਣੇ ਸੋਈ ਸੋ ਆ ਗੁਰੂ ਪਿਆਰਿਓ ਜ਼ਰੂਰ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋਵੇਗੀ ਅਸੀਂ ਉਸ ਉੱਚਿਆ ਤੋਂ ਉੱਚੇ ਪ੍ਰਭੂ ਪਰਮਾਤਮਾ ਨੂੰ ਅਸੀਂ ਜ਼ਰੂਰ ਜਾਣ ਸਕਦੇ ਹਾਂ ਜਾਣਾਂਗੇ ਗੁਰਬਾਣੀ ਦੇ ਗਿਆਨ ਦੁਆਰਾ ਸੋ ਆਓ ਬੜੇ ਪ੍ਰੇਮ ਦੇ ਨਾਲ ਆਪਾਂ ਸਰਦਾਰ ਨਿਰਪਾਲ ਸਿੰਘ ਜੀ ਪਰਦੇਸੀ ਉਹਨਾਂ ਦੇ ਵੀ ਵਿਚਾਰ ਸਰਵਨ ਕਰਦੇ ਹਾਂ ਕਿਉਂਕਿ ਸੇਵਾ ਬਾਰੇ ਵੀ ਜ਼ਰੂਰ ਬੇਨਤੀ ਕਰਨਗੇ ਤੇ ਨਾਲ ਨਾਲ ਗੁਰਬਾਣੀ ਬਾਰੇ ਵੀ ਆਪ ਜੀ ਦੇ ਨਾਲ ਜ਼ਰੂਰ ਵਿਚਾਰਾਂ ਦੀ ਸਾਂਝ ਪਾਉਣਗੇ ਹਾਂਜੀ ਪਰਦੇਸੀ ਸਾਹਿਬ ਵਾਹਿਗੁਰੂ ਜੀ ਸੰਗਤ ਜੀਓ ਦੇਹੋ ਅਸੀਸ ਫਟੇ ਦੀ ਪਰਮਾਨਗੀ ਬਖਸ਼ੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤੇ ਆਪ ਜੀਆਂ ਨਾਲ ਦੋ ਹੱਥ ਜੋੜ ਕੇ ਬੇਨਤੀ ਹੈ ਅਸੀਸ ਦਿਓ ਕਿ ਸਤਗੁਰੂ ਜੀ ਦੀ ਕਿਰਪਾ ਤੇ ਸੰਗਤ ਦੀ ਅਸੀਸ ਨਾਲ ਮਨ ਨੀਵਾ ਹੋਵੇ ਕਿਉਂ ਤੇ ਇੱਥੇ ਖੇੜੀ ਜੜੀ ਹੈਗੀ ਹੈ ਮਨ ਦੀ ਹੈ ਤੇ ਜਿੱਥੇ ਮਨ ਨੀਵਾ ਹੋਏਗਾ ਉੱਠੇ ਭਾਗ ਲੱਗਣੇ ਨੇ ਉੱਠੇ ਫਲ ਲੱਗਣੇ ਨੇ ਮੇਰੇ ਸਾਥੀ ਨਰਿੰਦਰ ਸਿੰਘ ਜੀ ਨੇ ਕਾਫੀ ਕੁਝ ਕਹਿਤਾ ਦਾਸ ਬਾਰੇ ਦਾਸ ਆਪਜੀ ਦੀ ਚਰਨਾ ਦੀ ਖਾਕ ਹੈ ਤੇ ਅੱਜ ਜੋ ਸਤਗੁਰਾਂ ਦੀ ਕਿਰਪਾ ਨਾਲ ਜਿਹੜੇ ਰੰਗ ਆਪਜੀ ਦੇ ਨਾਲ ਸਾਂਝੇ ਕਰ ਰਹੇ ਆ ਇਹ ਮੇਰੇ ਸ਼ਬਦ ਗੁਰੂ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੈ ਤੇ ਜੁਰਦਾ ਵੀਰ ਨੇ ਕਿਹਾ ਕਿ ਵੀ ਆਪਣੇ ਅਨੁਭਵ ਦੀ ਗੱਲ ਸਾਂਝੀ ਕਰਦੇ ਆ ਤੇ ਉਸ ਦੀ ਪਰਪਕਟਤਾ ਔਰ ਉਸ ਦਾ ਅਸਰ ਹੂੰ ਹੂੰ ਬਹੁਤ ਚੜ੍ਹਦੀ ਕਲਾ ਵਿੱਚ ਹੁੰਦਾ ਹੈ ਤੇ ਦਾਸ ਇੱਕ ਸਮੇਂ ਕਿਸੇ ਨਾਲ ਗੱਲ ਕਰਨ ਵਿੱਚ ਵੀ ਝਿਚਕਦਾ ਸੀ ਤੇ ਔਗਣਤਾ ਅੱਜ ਵੀ ਭਰੇ ਪੈਨੇ ਆਪਜੀ ਦੀ ਅਸੀਸ ਨਾਲ ਸਹਜੇ ਸਹਜੇ ਢੋਲਸਨ ਸ਼ਬਦ ਦੀ ਕਰਮਾਈ ਨਾਲ ਤੇ ਜਿੱਥੇ ਮਠਾ ਟੇਕਣਾ ਨਾਨਕ ਨਦਰੀ ਨਦਰ ਨਿਹਾਲ ਜਪਜੀ ਸਾਹਿਬ ਜੀ ਦੀ ਪੰਕਤੀ ਦਾ ਆਪਣੇ ਮੁਖਾਟ ਤੋਂ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰ ਦੇਣੀ ਉਹ ਸਤਿਗੁਰਾਂ ਜੀ ਨੇ ਐਸੇ ਭਾਗ ਲਾਏ ਕਿ ਸ਼ਬਦ ਗੁਰੂ ਨਾਲ ਜੋੜਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਇੱਕ ਓੰਕਾਰ ਸਾਹਿਬ ਤੋਂ ਲੈ ਕੇ ਸਹਿਜੇ 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 1430 ਅੰਗ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਨਾਲ ਅੱਖਾਂ ਨੇ ਨਿਹਾਰਿਆ ਪਹਿਲੇ ਅੱਖਾਂ ਦਾ ਕੰਮ ਹੈ ਸ਼ਬਦ ਦੇਖ ਲਈ ਹੈ ਫਿਰ ਜੀਭਾ ਦਾ ਕੰਮ ਹੈ ਸ਼ਬਦ ਪੜ੍ਹਦੀ ਹੈ ਫਿਰ ਇਹ ਕੰਨ ਸੁਣਦੇ ਨੇ ਫਿਰ ਇਹ ਦਿਮਾਗ ਦੇ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਸੁੱਜੀ ਆਉਂਦੀ ਹੈ ਫਿਰ ਇਹਨਾਂ ਗੁਰਮੁਖਾਂ ਦੇ ਨਾਲ ਵਿਚਾਰਾਂ ਦੀ ਸਾਂਝ ਪੈਂਦੀ ਹੈ ਸੋ ਇੱਕੋ ਇੱਕ ਰਸਤਾ ਹੈ ਸ਼ਬਦ ਗੁਰੂ ਦਾ ਅਸੀਂ ਭਾਗਾ ਵਾਲਿਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜੇ ਆਂ ਤੇ ਸਾਡਾ ਇਹ ਜੋ ਸਾਡਾ ਐਪੀਸੋਡ ਦਾ ਜਿਹੜਾ ਇਹ ਵੇਰਵਾ ਹੈਗਾ ਵੇ ਕਿ ਗੁਰਬਾਣੀ ਇਸ ਜਗ ਮੇ ਚਾਨਣ ਤੇ ਅਸੀਂ ਸ਼ਬਦ ਦੀ ਵਿਚਾਰਾਂ ਕਰਦੇ ਆ ਪਏ ਹੈਗੇ ਆ ਸਤਗੁਰਾਂ ਦੇ 29 ਅੰਗ ਦੇ ਹਮਮ ਸ਼੍ਰੀ ਰਾਗ ਮਹਿਲਾ ਤੀਜਾ ਤੀਜੇ ਗੁਰੂ ਨਾਨਕ ਗੁਰੂ ਅਮਰਦਾਸ ਪਾਸ਼ਾ ਦੇ ਹਮ ਵਚਨ ਸ਼ਸ਼ੋਭਤ ਨੇ ਤੇ ਗੁਰੂ ਅਮਰਦਾਸ ਜੀ ਪਰਾਇ ਮਹਾਰਾਜ ਤੇ ਸੇਵਾ ਦੇ ਪੁੰਝ ਨੇ ਹਾਂਜੀ 60 ਸਾਲ ਦੀ ਉਮਰ ਤੋਂ ਲੈ ਕੇ 72 ਸਾਲ ਦੀ ਉਮਰ ਤੱਕ ਹਮ ਹਮ ਚਿੱਟੇ ਸਰੂਪ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਕਰਨੀ ਹਮ ਔਰ ਇੱਧਰ ਗੁਰੂ ਅਮਰਦਾਸ ਪਾਸ਼ਾ ਪੁੱਤਰ ਤੇਕਾਰ ਤੋਂ ਬਿਲੋਂਗ ਕਰਦੇ ਨੇ ਤੇ ਗੁਰੂ ਅੰਗਦ ਦੇਵ ਜੀ ਪਾਸ਼ਾ ਤੇਤੇਕਾਰ ਤੋਂ ਹਮ ਹਮ ਤੇ ਇੰਨੀ ਨਿਮਰਤਾ ਹੋਣੀ ਤੇ ਫਿਰ ਉਸ ਅਵਸਥਾ 'ਚ ਸੇਵਾ ਨੂੰ ਭਾਗ ਲੱਗਦੇ ਨੇ ਤੀਜੇ ਗੁਰੂ ਨਾਨਕ ਮਹ ਪ੍ਰਗਟ ਹੋ ਕੇ ਸਾਨੂੰ ਸਿੱਖ ਜਗਤ ਤੇ ਸਾਡੇ ਰਹਿਨਮਾਈ ਹੁੰਦੇ ਨੇ ਸੋ ਗੁਰੂ ਪਿਆਰੇਓ ਇੱਥੇ ਸਾਰੀ ਖੇੜ ਸੇਵਾ ਦੀ ਹੈ ਹਾਂਜੀ ਸੇਵਾ ਕਰਤ ਹੋਏ ਨਹਿਕਾਮੀ ਤਿਸਕੋ ਹੋਟ ਪ੍ਰਾਪਰਤ ਸੁਆਮੀ ਹੁਣ ਅਸੀਂ ਕੱਲ ਜੁਗੀਆਂ ਪਰਾਵਾ ਸਾਡੇ ਕੋਲੋਂ ਬਿਨਾ ਕੋਈ ਕਾਮਨਾ ਦੇ ਤੇ ਸੇਵਾ ਹੋ ਨਹੀਂ ਸਕਦੀ ਸੋ ਆਪਣੀ ਮਾਇਆ ਨੂੰ ਭਾਗ ਲਾਈਏ ਲੰਗਰਾਂ ਦੀ ਸੇਵਾ 'ਚ ਹਿੱਸਾ ਪਾਈਏ ਕਿ ਇੱਥੋਂ ਸਾਨੂੰ ਇੱਕ ਰਾਹ ਮਿਲਦਾ ਹਾਂਜੀ ਇੱਥੋਂ ਰਾਹ ਚਲਦੇ ਹਾਂ ਤੇ ਗੁਰਨਾਨ ਦੇਵ ਜੀ ਦਾ ਘਰ ਗੁਰੂ ਪਿਆਰਿਓ ਸੇਵਾ ਨੂੰ ਭਾਗ ਲਗਦੇ ਨੇ ਜਿੱਥੇ ਗੁਰਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੱਦੀ ਤੇ ਬਿਠਾਇਆ ਤੇ ਉਹਨਾਂ ਦੀ ਸੇਵਾ ਨੂੰ ਮੁੱਖ ਰੱਖ ਕੇ ਆਪਣੇ ਲਾਲਾਂ ਨੂੰ ਇਹ ਸੇਵਾ ਨਹੀਂ ਦਿੱਤੀ ਗੱਦੀ ਨਹੀਂ ਦਿੱਤੀ ਗੁਰੂ ਅੰਗਦ ਦਾ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੱਦੀ ਦਿੱਤੀ ਤਾਂ ਉਹਨਾਂ ਦੀ ਸੇਵਾ ਨੂੰ ਇਹ ਭਾਗ ਲੱਗੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਉਹਨਾਂ ਨੂੰ ਵੀ ਸੇਵਾ ਦੇ ਭਾਗ ਲੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਤਸੀਹੇ ਤੇ ਦੁੱਖਾਂ ਦੀ ਵਜ੍ਹਾ ਕਰਕੇ ਇਹ ਵਰ ਲੈ ਲਿਤਾ ਗਿਆ ਕਿ ਵੀ ਹੁਣ ਸਿੱਖੀ ਜੜੀ ਹੈ ਗੁਰ ਘਰੇ ਚ ਹੀ ਰਹੇ ਤੋ ਸਿੱਖੀ ਦੀ ਮਹਿਮਾ ਇਹ ਦੁਨੀਆਵੀ ਅੱਖਰਾਂ 'ਚ ਤੇ ਕੀਤੀ ਨਹੀਂ ਜਾ ਸਕਦੀ ਤੇ ਇੱਥੇ ਸਤਗੁਰ ਜੀ ਸਾਨੂੰ ਉਪਦੇਸ਼ ਬਖਦੇ ਨੇ ਸ੍ਰੀ ਰਾਗ ਮਹਿਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਧ ਨਾਮ ਟਈ ਹੈ ਸਹਜੇ ਨਾਮ ਸਮਾਏ ਅੰਦਰ ਰੱਚੇ ਹਾਰ ਸੱਚ ਸਿਓ ਰਸਨਾ ਹਣ ਗੁਣ ਗਾਏ ਤੇ ਉਹ ਇੱਕ ਅਕਾਲ ਪੁਰਖ ਨਾਲ ਜੁੜਨਾ ਹੈ ਉਸ ਅਕਾਲ ਪੁਰਖ ਦੀ ਤੁਰਕੀ ਬਾਣੀ ਨਾਲ ਮੇਲ ਕਰਨਾ ਪਏਗਾ ਇਸ ਦੇ ਰਾਹੀ ਅਸੀਂ ਅੱਗੇ ਵਧ ਸਕਦੇ ਹਾਂ ਇਸ ਦੇ ਰਾਹੀ ਮੇਰੇ ਅੰਦਰ ਉਹ ਗੁਣ ਪੜੇ ਨੇ ਇਸ ਸਹਿਜੇ 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 ਤੋਲਦੇ ਨੇ ਤੇ ਇੱਕ ਹੋਰ ਬੇਨਤੀ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਹੈ ਅੱਜ ਬੜੇ ਸੈਂਸਿਟਿਵ ਤੌਰ ਤੇ ਅਸੀਂ ਗੁਜ਼ਰਦੇ ਪਏ ਹਾਂ ਹਮਮ ਰੋ ਸਾਨੂੰ ਇੱਕ ਨਾ ਇੱਕ ਇਸ਼ੂ ਮਿਲ ਜਾਂਦਾ ਹੈ ਹਮਮ ਅੱਜ ਇਹ ਹੋ ਰਿਹਾ ਹੈ ਅੱਜ ਉਹ ਹੋ ਰਿਹਾ ਹੈ ਤਾਂ ਗੁਰੂ ਪਿਆਰਿਓ ਗੁਰਬਾਣੀ ਨਾਲ ਜੁੜੇ ਹੋਏ ਹੋ ਗੁਰਬਾਣੀ ਦਾ ਓਟ ਆਸਰਾ ਲ ਲਈਏ ਇਸ ਸਾਰੀਆਂ ਦੁਬਿਧਾਵਾਂ ਤੋਂ ਇਸ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਵਾਂਗੇ ਜੋ ਹੋ ਰਿਹਾ ਉਸ ਅਕਾਲ ਦੇ ਹੁਕਮ ਵਿੱਚ ਹੈ ਭਾਣੇ ਚ ਹੈ ਲੇਕਿਨ ਸਤਗੁਰਾਂ ਦੇ ਉਪਦੇਸ਼ ਨੇ ਖੁਾਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਤੇ ਸ਼ਰਨ ਆਪਣੀ ਇਸ ਗੁਰਬਾਣੀ ਦੇ ਪੈਣਾ ਹੈ ਜਿਹੜੀ ਸਭ ਵਾਸਤੇ ਹੈ ਹਿੰਦੂ ਭਰਾ ਵੀ ਬੈਠੇ ਨੇ ਮੁਸਲਮਾਨ ਭਰਾ ਵੀ ਬੈਠੇ ਨੇ ਉਹ ਨੇ ਜਿਨ੍ਹਾਂ ਨੇ ਸੱਚ ਦੀ ਗੱਲ ਕੀਤੀ ਹੈ ਜਿਹੜੇ ਗੁਰਮੁਖ ਨੇ ਤੇ ਉਹਨਾਂ ਨਾਲ ਅਸੀਂ ਅਗਰ ਸਾਝ ਪਾਨੇ ਆ ਤੇ ਸਾਨੂੰ ਫਿਰ ਇਹਨਾਂ ਚਿੰਤਾਵਾਂ ਤੋਂ ਵੀ ਮੁਕਤੀ ਮਿਲਣੀ ਹੈ ਤੇ ਦੁਬਿਧਾ ਤੋਂ ਵੀ ਛੁੱਟਾਂਗੇ ਹਾਂਜੀ ਗੁਰੂ ਪਿਆਰੇ ਸਾਧ ਸੰਗਤ ਜੀਓ ਭਾਈ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਦੇ ਵਾਰੀ ਵਿੱਚ ਕੁਝ ਝਲਕ ਸਾਡੇ ਸਾਹਮਣੇ ਪੇਸ਼ ਕੀਤੀ ਹੈ ਕਿ ਉਹਨਾਂ ਨੇ ਵਿਡੇਪੇ ਵਿੱਚ ਜਾ ਕੇ ਅਨਥਕ ਆਪਣੇ ਗੁਰਦੇਵਤਨ ਤਨ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਦੀ ਸੇਵਾ ਕੀਤੀ ਹੈ ਕਿਉਂਕਿ ਕਰ ਸੇਵਾ ਸੇਵਕ ਪਰਵ ਆਪਣੇ ਜਿਨ ਮਨ ਕੀ ਇੱਛਾ ਪਜਾਈ ਜੋ ਸਾਡੇ ਮਨ ਦੀ ਅਮਰ ਆਦਾਂ ਪੂਰੀਆਂ ਕਰਨ ਵਾਲਾ ਸਤਿਗੁਰੂ ਹੈ ਉਸ ਦੀ ਸੇਵਾ ਕਰ ਕਰਕੇ ਸਿਮਰਨ ਕਰਨ ਕਰਕੇ ਭਜਨ ਬੰਦਗੀ ਕਰ ਕਰਕੇ ਸਾਨੂੰ ਜਿਹੜੇ ਸੁੱਖ ਮਿਲਦੇ ਨੇ ਅੱਜ ਉਹਨਾਂ ਸੁੱਖਾਂ ਦੀ ਹੀ ਗੱਲ ਤਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਰ ਰਹੇ ਨੇ ਕਿ ਸੁੱਖ ਸਾਗਰ ਸਾਗਰ ਹੈ ਸਮੁੰਦਰ ਗੁਰੂ ਕੀ ਹੈ ਸੁੱਖਾਂ ਦਾ ਸਾਗਰ ਹੈ ਸੁੱਖ ਸਾਗਰ ਭਾਵੇਂ ਕੇ ਜੇ ਸੁੱਖ ਚਾਹੀਦੇ ਨੇ ਤਾਂ ਗੁਰੂ ਦਾ ਹੁਕਮ ਮੰਨ ਲਓ ਨਹੀਂ ਤੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਫਿਰ ਤੇ ਰੋਗ ਹੀ ਹੈ ਦੁਖੀ ਹੈ ਕੁਰੂ ਪਿਆਰਿਓ ਫਰਕ ਇਤਨਾ ਹੀ ਆ ਕਿ ਸੂਰਜបាន ਨੂੰ ਮੂੰਹ ਕਰ ਲਿਆ ਤੇ ਚਾਨਣ ਹੈ ਪਿੱਠ ਕਰ ਲਈ ਤੇ ਅੰਧੇਰਾ ਹੈ ਉਹ ਵੀ ਅੰਧੇਰਾ ਆਪਣੇ ਹੀ ਪਰਛਾਵੇਂ ਦਾ ਇਸ ਕਰਕੇ ਗੁਰਬਾਣੀ ਸਾਡੀ ਡਾਇਰੈਕਸ਼ਨ ਬਦਲਦੀ ਹੈ ਕਿ ਭਾਈ ਜਿਸ ਪਾਸੇ ਵੱਲ ਤੂੰ ਜਾ ਰਿਆ ਏਨ ਇਦਰੋਂ ਸੁੱਖ ਨਹੀਂ ਲੱਭਣੇ ਬਹੁਤ ਦੁਨੀਆਂ ਜਿਹੜੀ ਅੱਗੇ ਤੋਂ ਅੱਗੇ ਤਨ ਦੌਲਤ ਪ੍ਰਾਪਤ ਕਰਕੇ ਕੋਈ ਅਹੁਦੇ ਪ੍ਰਾਪਤ ਕਰਕੇ ਰਾਜੇ ਮਹਾਰਾਜਿਆਂ ਵਰਗਾ ਜੀਵਨ ਬਤੀਤ ਕਰਦੇ ਨੇ ਪਰ ਜਦੋਂ ਉਹਨਾਂ ਨੂੰ ਪੁੱਛੀਏ ਕਿ ਇਤਨਾ ਕੁਝ ਪ੍ਰਾਪਤ ਕਰਕੇ ਕੀ ਤੁਸੀਂ ਸੁਖੀ ਹੋ ਗਏ ਹੋ ਕਹਿੰਦੇ ਨਹੀਂ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਇਥੇ ਰਾਜੇ ਮਹਾਰਾਜਿਆਂ ਨੂੰ ਫਿਰ ਗੁਰੂ ਦੇ ਦਰਬਾਰ ਵਿੱਚ ਆਉਣ ਦੀ ਕਿਉਂ ਲੋੜ ਪਈ ਆਣ ਕੇ ਤਹਾ ਮਾਰ ਕੇ ਰੋਂਦੇ ਨੇ ਕਹਿੰਦੇ ਜੀ ਬੜੇ ਦੁਖੀ ਆ ਵਾਹਿਗੁਰੂ ਸਤਗੁਰੂ ਪੁੱਛਦੇ ਨੇ ਕਾਹਦਾ ਦੁੱਖ ਵੀ ਤੁਹਾਨੂੰ ਹਰ ਚੀਜ਼ ਹਰ ਸੁੱਖਾਂ ਦਾ ਸਾਧਨ ਤੁਹਾਡੇ ਕੋਲ ਹੈ ਕਹਿੰਦੇ ਮਹਾਰਾਜ ਇਹ ਹੀ ਨਹੀਂ ਸਮਝ ਪੈਂਦਾ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਸਾਡਾ ਜੀਵਨ ਡਿਸਟਰਬ ਕਿਉਂ ਆ ਕਿਉਂ ਅਸੀਂ ਦੁਖੀ ਆ ਦੱਸੋ ਕੀ ਅਸੀਂ ਸੁਖੀ ਹੋ ਸਕਦੇ ਆ ਗੁਰੂ ਪਾਤਸ਼ਾਹ ਕਹਿੰਦੇ ਕਿਉਂ ਨਹੀਂ ਹੋ ਸਕਦੇ ਕਿਵੇਂ ਹੋ ਸਕਦੇ ਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਹਰ ਕਾ ਨਾਮ ਜਪਤ ਹੋਏ ਹੋਏ ਸੁਖੀ ਆ ਇਥੋਂ ਸੁਖ ਮਿਲਦੇ ਨੇ ਸੋ ਸਤਿਗੁਰੂ ਪਾਤਸ਼ਾਹ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਚਰਣੀ ਪਾਈਏ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਏ ਵਾਹਿਗੁਰੂ ਸੋ ਗੁਰੂ ਪਿਆਰਿਓ ਗੁਰਬਾਣੀ ਸਾਨੂੰ ਬੜੇ ਇਜ਼ੀ ਢੰਗ ਦੇ ਨਾਲ ਸਮਝ ਆ ਰਹੀ ਹੈ ਪਰ ਅਸੀਂ ਉਹ ਜਿਹੜਾ ਸੌਖਾ ਰਸਤਾ ਹੈ ਨਾ ਉਸ ਨੂੰ ਬੜਾ ਔਖਾ ਬਣਾ ਲੈਨੇ ਜਿਵੇਂ ਇਹ ਸਾਡੇ ਵੱਸ ਦੀ ਗੱਲ ਨਹੀਂ ਜੀ ਇਹ ਤੇ ਜੋ ਮਹਾਪੁਰਖ ਸੰਤੂਆ ਇਹ ਤਾਂ ਉਹਨਾਂ ਦੇ ਕੰਮ ਹੈ ਗੁਰਬਾਣੀ ਵਿੱਚ ਐਸਾ ਕਿਤੇ ਨਹੀਂ ਲਿਖਿਆ ਵਾਹਿਗੁਰੂ ਗੁਰਬਾਣੀ ਦਾ ਗਿਆਨ ਸਭ ਦੇ ਵਾਸਤੇ ਹੈ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਖੋ ਬ੍ਰह्मज्ञानी ਕੌਣ ਗ੍ਰਹੀ ਕੌਣ ਅਦਾਸੀ ਚਾਹੇ ਕੋਈ ਗ੍ਰਸਤੀ ਹੈ ਤੇ ਚਾਹੇ ਕੋਈ ਅਦਾਸੀ ਹੈ ਸਭ ਨੂੰ ਗੁਰੂ ਪਾਤਸ਼ਾਹ ਦਾ ਗਿਆਨ ਹੈ ਕਿ ਪ੍ਰਭੂ ਪਰਮਾਤਮਾ ਦੀ ਹੋਂਦ ਜਿੱਥੇ ਸਰਬਵਿਆਪਕ ਹੈ ਸਾਰੇ ਘਟਾਂ ਦੇ ਵਿੱਚ ਵਸੀ ਹੋਈ ਹੈ ਜਨ ਵਿੱਚ ਥਲ ਵਿੱਚ ਆਕਾਸ਼ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਵੀ ਫਿਰ ਇਸ ਸੰਸਾਰ ਤੇ ਹੀ ਹੈ ਜੇ ਸਾਰੇ ਘਟਾਂ ਦੇ ਵਿੱਚ ਹੈ ਤੇ ਤੇਰੇ ਘਟ ਅੰਦਰ ਵੀ ਉਹੀ ਹੈ ਵਾਹਿਗੁਰੂ ਜਦੋਂ ਅਸੀਂ ਆਪਣੇ ਘਟ ਦੇ ਅੰਦਰ ਪ੍ਰਮਾਤਮਾ ਦੀ ਪਰਮ ਸ਼ਕਤੀ ਅਨੁਭਵ ਕਰਾਂਗੇ ਗੁਰੂ ਪਿਆਰਿਓ ਕਦੇ ਹੋ ਨਹੀਂ ਸਕਦਾ ਕਿ ਅਸੀਂ ਸੇਵਾ ਕਰਨ ਤੋਂ ਵਾਂਝੇ ਰਹਿ ਜਾਈਏ ਅਸੀਂ ਇਸ ਮਾਰਗ ਤੇ ਚੱਲਣਾ ਹੈ ਸੇਵਾ ਤੇ ਸਿਮਰਨ ਲੈ ਕੇ ਜਿਵੇਂ ਭਾਈ ਸਾਹਿਬ ਜੀ ਨੇ ਪਿਛਲੇ ਐਪੀਸੋਡ ਵਿੱਚ ਆਖਿਆ ਸੀ ਕਿ ਸੇਵਾ ਤੇ ਸਿਮਰਨ ਦੋ ਪੰਖ ਨੇ ਪੰਛੀ ਉੜਦਾ ਹੈ ਤਾਂ ਦੋ ਖੰਭਾਂ ਦੇ ਨਾਲ ਹੀ ਉੜਦਾ ਹੈ ਇੱਕ ਖੰਭ ਤੋੜ ਦਿੱਤਾ ਜਾਏ ਨਹੀਂ ਉੱਡ ਸਕੇਗਾ ਇਸ ਕਰਕੇ ਜਿਨ੍ਹਾਂ ਉਚਾਈਆਂ ਤੇ ਆਪਾਂ ਪਹੁੰਚਣਾ ਹੈ ਜਾਂ ਮਹਾਪੁਰਖ ਪਹੁੰਚੇ ਨੇ ਉਹਨਾਂ ਨੇ ਇਹ ਸੇਵਾ ਤੇ ਸਿਮਰਨ ਦੇ ਦੋ ਪੰਖ ਦਿੱਤੇ ਨੇ ਕਿ ਇਹਨਾਂ ਦੇ ਨਾਲ ਆਤਮਿਕ ਉਡਾਰੀ ਮਾਰੇਗਾ ਤਾਂ ਫਿਰ ਮਨ ਚੜਿਆ ਦਸਵੇਂ ਆਕਾਸ਼ ਇਸ ਕਰਕੇ ਸਤਸੰਗੀ ਜਨ ਗੁਰਬਾਣੀ ਦਾ ਵਿਚਾਰ ਕਰਨਾ ਬਹੁਤ ਅਤੀ ਜ਼ਰੂਰੀ ਹੈ ਔਰ ਨਾਲ ਨਾਲ ਸੰਗਤਾਂ ਨੂੰ ਇਹ ਬੇਨਤੀ ਕਰਦੇ ਜਾਈਏ ਕਿਉਂਕਿ ਦਾਸ ਤੇ ਏ ਆਪਾਂ ਇੱਥੇ ਬੈਠ ਕੇ ਬੇਨਤੀ ਹੀ ਕਰ ਸਕਦੇ ਆ ਬਾਕੀ ਸੰਗਤਾਂ ਦੀ ਮੋਜ ਹੈ ਕਿ ਕਿਸ ਨੇ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਹੈ ਕਿਸ ਨੇ ਨਹੀਂ ਕਰਨਾ ਸੋ ਸਤਿਗੁਰੂ ਕਿਰਪਾ ਕਰਨ ਅਸੀਂ ਸਾਰੇ ਇਹ ਬੇਨਤੀ ਨੂੰ ਪ੍ਰਵਾਨ ਕਰੀਏ ਸੰਗਤ ਟੈਲੀਵਿਜ਼ਨ ਦੇ ਮਾਧਮ ਦੁਆਰਾ ਜੋ ਸੰਗਤਾਂ ਲੰਗਰਾਂ ਦੀ ਸੇਵਾ ਕਰ ਰਹੀਆਂ ਨੇ ਅਟੁੱਟ ਲੰਗਰ ਵਰਤ ਰਹੇ ਨੇ ਔਰ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਪਤਾ ਨਹੀਂ ਕੋਈ ਐਸਾ ਪ੍ਰਭੂ ਦਾ ਬਖਸ਼ਿਆ ਹੋਇਆ ਜਿਸ ਦੇ ਮੁਖ ਦੇ ਵਿੱਚ ਆਗਿਆ ਦਿੱਤਾ ਹੋਇਆ ਧਾਨ ਉਹ ਇਹ ਲੰਗਰ ਪਹਿ ਜਾਵੇ ਔਰ ਉਹ ਅਸੀਸ ਦੇਦਾ ਬਸ ਉਸ ਦੀ ਅਸੀਸ ਹੀ ਪਰਮਾਤਮਾ ਦੀ ਅਸੀਸ ਹੈ ਸੋ ਸ਼੍ਰੀ ਪਟਨਾ ਸਾਹਿਬ ਵਿਖੇ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਇਹ ਅਟੁੱਟ ਲੰਗਰ ਚੱਲ ਰਿਹਾ ਹੈ ਜਿੱਥੇ ਹੋਰ ਸਵਾਵਾ ਸੰਗਤ ਟੈਲੀਵਿਜ਼ਨ ਵਲੋਂ ਚਲਦੀਆਂ ਨੇ ਉਥੇ ਲੰਗਰ ਦੀ ਵੀ ਇਹ ਸੇਵਾ ਸ਼ੁਰੂ ਕੀਤੀ ਗਈ ਹੈ ਅਤੁੱਟ ਲੰਗਰ ਵਰਤ ਰਹੇ ਨੇ ਤਿਸੇ ਢੰਗ ਦੇ ਨਾਲ ਪੀਜੀਐਚ ਚੰਡੀਗੜ੍ਹ ਹਸਪੀਟਲ ਦੇ ਸਾਹਮਣੇ ਉੱਥੇ ਵੀ ਲੰਗਰ ਚੱਲ ਰਿਹਾ ਹੈ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਲੰਗਰਾਂ ਦੇ ਵਿੱਚ ਗੁਰੂ ਕੇ ਮਹਿਲ ਨੇ ਬਾਬਾ ਬਕਾਲਾ ਵਿਖੇ ਜਿੱਥੇ-ਜਿੱਥੇ ਵੀ ਗੁਰੂ ਪਾਤਸ਼ਾਹ ਨੇ ਬਖਸ਼ੀ ਕੀਤੀ ਹੈ ਇਹ ਲੰਗਰਾਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਤੇ ਚੱਲ ਰਹੀ ਹੈ ਸੰਗਤ ਟੈਲੀਵਿਜ਼ਨ ਦੀਆਂ ਸੰਗਤਾਂ ਵੱਲੋਂ ਸੋ ਗੁਰੂ ਪਿਆਰਿਓ ਆਓ ਕੋਈ ਵੀ ਇਸ ਸੇਵਾ ਤੋਂ ਵਾਂਝਾ ਨਾ ਰਹੇ ਜੋ ਕੁਝ ਵੀ ਆਪ ਸੇਵਾ ਕਰ ਸਕਦੇ ਹੋ ਜਰੂਰ ਸੇਵਾ ਕਰੋ ਸਤਿਗੁਰੂ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਖੁਸ਼ੀਆਂ ਤੰਦਰੁਸਤੀਆਂ ਦੇ ਜੀਵਨ ਬਖਸ਼ੇ ਕਰਨ ਸਤਿਗੁਰੂ ਆਪਣੇ ਚਰਨ ਕਮਨ ਦਾ ਪ੍ਰੇਮ ਪਿਆਰ ਬਖਸ਼ੇ ਕਰਨ ਆਓ ਸਤਿਗੁਰੂ ਨੇ ਸ਼ਬਦ ਸ਼ੁਰੂ ਕੀਤਾ ਹੈ ਕਿ ਇਹ ਸੁੱਖਾਂ ਦਾ ਸਾਗਰ ਹੈ ਜੇ ਸੁੱਖ ਚਾਹੀਦੇ ਨੇ ਤੇ ਸਤਿਗੁਰੂ ਦੀ ਸ਼ਰਨ ਵਿੱਚ ਆਓ ਵਾਹਿਗੁਰੂ ਜੀ ਹਾਂਜੀ ਆ ਸੰਗਤ ਜੀ ਨਰਿੰਦਰ ਸਿੰਘ ਜੀ ਦੀ ਵਿਚਾਰਾਂ ਆਪ ਜੀ ਨੇ ਸੁਣਨ ਕੀਤੀਆਂ ਤੇ ਮੇਰੇ ਵੀਰ ਨੇ ਇੱਕ ਬੜਾ ਸੁਖ ਲਾਭ ਜਿੰਨਾ ਸਾਂਝ ਪਾਈ ਕਿ ਵੀ ਗੁਰਬਾਣੀ ਔਰ ਇੱਕ ਅੱਛੇ ਪੰਡੇ ਨੂੰ ਚੱਲਣਾ ਅਸੀਂ ਸਹਿਸਭਾ ਇਹ ਕਹਿੰਦੇ ਨੇ ਕਿ ਇਹ ਸੰਤਾਂ ਦਾ ਕੰਮ ਹੈ ਜਾਂ ਇਹ ਮਾਪੁਰਸ਼ਾਂ ਦਾ ਕੰਮ ਹੈ ਤੇ ਗੁਰੂ ਪਿਆਰੇ ਹੋ ਉਹ ਅਕਾਲ ਪੁਰਖ ਦੇ ਬੱਚੇ ਆ ਪਿੱਟਾ ਪਰਮੇਸ਼ਰ ਦੇ ਤਉ ਪਿਤਾ ਪਰਮੇਸ਼ਰ ਨੂੰ ਤੇ ਸਾਰੇ ਹੀ ਬੱਚੇ ਆਪਣੇ ਪਿਆਰੇ ਹੁੰਦੇ ਤੇ ਪੰਚਮ ਪਾਤਸ਼ਾ ਸੁਖਮੰਨੀ ਸਾਹਿਬ ਜੀ ਦੇ ਬਹੁਤ ਏਰੀ ਸੰਗਤ ਦਰਸ਼ਨ ਕਰਦੀ ਹੈ ਤੇ ਪੰਚਮ ਪਾਤਸ਼ਾ ਉਤੇ ਉਪਰੇਸ਼ ਬਖਸ਼ਦੇ ਨੇ ਤਜੋ ਸਿਆਣ ਸੁਰਜਨੋ ਸੁਰਜਨੋ ਆਖਿਆ ਹੈ ਇੱਕ ਸੁਰ ਤੇ ਇੱਕ ਅਸੁਰ ਜਿਵੇਂ ਅਸੀਂ ਕਹਿੰਦੇ ਇੱਕ ਦੇਵਤੇ ਇੱਕ ਰਾਖਸ਼ਸ ਤੇ ਇੱਥੇ ਪੰਚਮ ਪਾਤਸ਼ਾ ਕਹਿੰਦੇ ਨੇ ਸਿਆਣਪਾਂ ਛੱਡ ਲਈਏ ਸੈਂਡ ਸਿਆਣਪਾਂ ਲੱਖੋਂ ਵੇ ਤਾਂ ਇੱਕ ਨਾ ਚੱਲੇ ਨਾਲ ਇਹ ਛੱਡ ਦੇਣੀ ਹੈ ਤੇ ਮੇਰੇ ਪੰਚਮ ਪਾਸ਼ਾ ਬਖਸ਼ਿਸ਼ ਕਰਦੇ ਪੈ ਨੇ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਇ ਇੱਕ ਆਸ ਹਰ ਮਨ ਰੱਖੋ ਨਾਨਕ ਦੁੱਖ ਪਰਮ ਹੋ ਜਾਏ ਤੇ ਗੁਰੂ ਪਿਆਰਿਓ ਅੱਜ ਦੇ ਸੈਂਸਿਟਿਵ ਟਾਈਮ ਦੇ ਵਿੱਚ ਕਾ ਅੱਤ ਜ਼ਰੂਰਤ ਹੈ ਇਕ ਤੇ ਅਸੀਂ ਭਾਗਾ ਵਾਲੇ ਆ ਕਿ ਮਹਾਰਾਜ ਨੇ ਇਹ ਮੀਡਿਆ ਬਖਸ਼ਿਓ ਹੈ ਤੇ ਇਸ ਦੇ ਰਾਈ ਕਿ ਸਾਨੂੰ ਗੁਰੂ ਘਰਾਂ ਦੇ ਵਿੱਚਕਾਰ ਹੁਣ ਦਰਸ਼ਨ ਦੀਦਾਰੇ ਨਹੀਂ ਹੁੰਦੇ ਪਏ ਤੇ ਕਾਫੀ ਗਰੁੱਪ ਬਣੇ ਨੇ ਸਹਿਜ ਪਾਠ ਹੋ ਰਹੇ ਨੇ ਆਪ ਜੀ ਨੇ ਕੀਤਾ ਵੇਰਵਾ ਛੱਡਤਾ ਮੈਂ ਉੱਥੇ ਦੇਖਿਆ ਉਸ ਤੋਂ ਦਰਸ਼ਨ ਕਰਕੇ ਵੇਰਵਾ ਛੱਡ ਤੇ ਆ ਤੋ ਇਸ ਵਸਤੇ ਉਪਰਾਲਾ ਕਰੋ ਉੱਧਮ ਕਰੋ ਕਿਉਂਕਿ ਮੇਰੇ ਇੱਥੇ ਤੀਜੇ ਪਾਸ਼ਾ ਵੀ ਹੁਕਮ ਬਖਸ਼ਿਸ਼ ਕਰਦੇ ਪਏ ਨੇ ਸ੍ਰੀ ਰਾਗ ਮਹਲ ਤੀਜਾ ਸੁਖ ਸਾਗਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਹਮ ਹਮ ਨਾਮ ਦੀ ਵਡਿਆਈ ਹੈ ਨਾਮੇ ਹੀ ਤੇ ਸਭ ਕੁਝ ਹੋਵਾ ਹਮ ਹਮ ਇਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਪਏ ਨੇ ਕਿ ਸੁਖ ਸਾਗਰ ਇਹ ਆਨੰਦ ਇਹ ਹਰ ਦਾ ਨਾਮ ਹੀ ਹੈ ਇਹ ਪਾਇਆ ਕਿਵੇਂ ਜਾਣਿਆ ਗੁਰਮੁਖ ਪਾਇਆ ਜਾਏ ਹਮ ਹਮ ਤੇ ਗੁਰੂ ਪਿਆਰਿਓ ਜਦੋਂ ਮੈਂ ਆਪਣੇ ਮਨ ਦੀਆਂ ਗੱਲਾਂ ਕਰਦਾ ਰਹਿ ਸਾਂ ਜਾਂ ਦੁਨੀਆਵੀ ਕਲਾਂ ਚ ਗੱਲਾਂ ਚ ਰੁਝਿਆ ਰਹਿ ਸਾਂ ਤਾਂ ਕਦੋਂ ਗੁਰਮਖ ਹੋ ਸਾਂ ਹਮ ਹਮ ਗੁਰਬਾਣੀ ਪੜਸਾਂ ਤੇ ਇਹ ਪਿਆਰਿਓ ਮੁਖ ਤੋਂ ਤੁਰਕੀ ਬਾਣੀ ਆਉਸੀ ਉਹ ਰਸਨਾ ਜਦੋਂ ਜਪਦੀ ਹੈ ਉਹਦਾ ਅਸਰ ਅੰਦਰ ਜਾਂਦਾ ਹੈ ਹੂੰ ਗੁਰੂ ਦੀ ਕਿਰਪਾ ਹੁੰਦੀ ਹੈ ਕਿਉਂਕਿ ਸਤਗੁਰੂ ਸਿੱਕੋ ਨਾਮ ਟਣ ਦੇ ਗੁਰਕਾ ਸਿੱਖ ਵੜਪਾਗੀ ਹੈ ਤੇ ਜਦੋਂ ਸਿਮਰਨ ਦੀ ਅਵਸਥਾ ਤੇ ਪਹੁੰਚਣਾ ਹੈ ਹਾਂਜੀ ਤਾਂ ਪਿਆਰਿਓ ਸੇਵਾ ਹੂੰ ਹੂੰ ਸੇਵਾ ਦੇ ਨਾਲ ਨਾਲ ਮੈਂ ਗੁਰਬਾਣੀ ਪੜੀ ਹੁਣ ਮਹਾਰਾਜ ਨੇ ਮੈਨੂੰ ਸਮਝਾਤਾ ਕਿ ਗੁਰਬਾਣੀ ਪੜ੍ਹਨੀ ਹੈ ਕਿਦਾਂ ਉਹਨੂੰ ਅੰਡਾਣਾ ਹੈ ਕਿਦਾਂ ਆਪਣੇ ਜੀਵਨ ਚ ਉਹਦਾ ਕਰਮ ਕਰਨਾ ਹੈ ਤਾਂ ਅੰਨ ਦਿਨ ਨਾਮ ਟਿਆਈ ਹੈ ਸਹਜੇ ਨਾਮ ਸਮਾਏ ਤੇ ਨਾਮ ਵੀ ਪਿਆਰਿਓ ਸਹਜੇ ਹੀ ਸਮਾਣਾ ਹੈ ਆਖਣ ਔਖਾ ਸਚਨ ਉਹ ਇਹ ਗੁਰੂ ਦੀ ਕਿਰਪਾ ਸਹਜੇ 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 ਲੈਣ ਨਾਲ ਇਹ ਨਾਮ ਅੰਦਰ ਵਸ ਰਸ ਜਾਏਗਾ ਫਿਰ ਅੰਦਰੋਂ ਰੱਚੇ ਹਰ ਸਚ ਸਿਓ ਰਸਨਾ ਹਰ ਗੁਣ ਗਾਏ ਤੇ ਫਿਰ ਇਹ ਜਦੋਂ ਅੰਦਰੋਂ ਮਨ ਹੂੰ ਟਿਕਾ ਵਿੱਚ ਆ ਜਾਵੇਗਾ ਸਹਜੇ ਸਹਜੇ ਇਹ ਪਹਿਲੇ ਨਹੀਂ ਆਉਂਦਾ ਕਿਉਂਕਿ ਕੂੜ ਭਰਿਆ ਹੂੰ ਹੂੰ ਜਿੱਦਾਂ ਸੁਨਿਆਰਾ ਕਸਵਟੀ 'ਚ ਖੋਟਾ ਸੋਨਾ ਪਾਉਂਦਾ ਹੈ ਤੇ ਅਗਰ ਤੇ ਉਹ ਛਲਾਂਗਾ ਮਾਰਦਾ ਹੈ ਇੱਧਰ ਉੱਧਰ ਜਿਉਂ-ਜਿਉਂ ਅਗ ਨਾਲੋਂ ਤਪਦਾ ਹੈ ਤੇ ਖੋਟ ਨਿਕਲਦਾ ਹੈ ਉਸ ਠਹਿਰਾਵ ਆਉਂਦਾ ਹੈਗਾ ਤੇ ਜਦੋਂ ਠਹਿਰਾਵ ਆਇਆ ਤੇ ਫਿਰ ਸਤਗੁਰਾਂ ਦੀ ਕਿਰਪਾ ਨਾਲ ਫਿਰ ਇਹ ਜੀਵਨ ਆਇਆ ਸਫਲਾ ਹੈ ਸੋਏ ਆਪਾਂ 65 ਛੱਡ ਕੇ ਇਸ ਰਾਹੇ ਨੂੰ ਸ਼ੁਰੂ ਕਰ ਲੈਣਾ। ਹੂੰ ਹੂੰ। ਇਸ ਦੇ ਰਾਹੀ ਅੰਦਰ ਰੱਚੇ ਹਾਰ ਸੱਚ ਸਿਓ ਰਸਨਾ ਹਰ ਗੁਣ ਗਾਏ। ਫਿਰ ਇਹ ਰਸਨਾ ਗੁਰਬਾਣੀ ਰਾਹੇ ਗੁਣ ਗਾਏ। ਫਿਰ ਇਹ ਨਾਮ ਵੀ ਅੰਦਰ ਵਸੇ। ਇਸ ਨਾਮ ਦੇ ਸਦਕੇ ਫਿਰ ਸਾਰੇ ਸਾਡੇ ਕਾਰਜ ਇਹ ਦੁਬਿਦਾਵਾਂ, ਨਾਨਕ ਦੁੱਖ, ਭਰਮ, ਭਉ ਇਹ ਸਾਰਿਆਂ ਤੋਂ ਸਾਨੂੰ ਛੁਟਕਾਰਾ ਤਾਂ ਹੀ ਮਿਲਣਾ ਹੈ ਗਵੇ। ਤੇ ਸਤਗੁਰਾਂ ਦੀ ਫਿਰ ਦੂਜੇ ਉਪਦੇਸ਼ ਇੱਥੋਂ ਇਸੇ ਆਰਮ ਹੁੰਦੇ ਨੇ। ਸੋ ਗੁਰੂ ਪਿਆਰਿਓ ਭਾਈ ਸਾਹਿਬ ਜੀ ਨੇ ਸਹੀ ਦੀ ਗੱਲ ਕੀਤੀ ਹੈ ਆਪਾਂ ਆਮ ਇਹ ਗੱਲ ਆਖਦੇ ਹਾਂ ਸਹਿਜ ਪੱਕੇ ਸੋ ਸੋ ਮਿੱਠਾ ਹੋਏ ਕਿਉਂਕਿ ਜਿਨ੍ਹਾਂ ਨੇ ਸਹਿਜ ਕਮਾਇਆ ਹੈ ਨਾ ਹਰ ਕਾ ਬਲੋਬਨਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਈ ਇਹ ਸਹਿਜ ਆਪਾਂ ਲਫ਼ਜ਼ ਪੜੀ ਤੇ ਜਾ ਰਹੇ ਆ ਪਰ ਇੱਕ ਇੱਕ ਬਹੁਤ ਉੱਚੀ ਅਵਸਥਾ ਦਾ ਜ਼ਿਕਰ ਹੈ ਸਹਿਜ ਮਿਲੇ ਮਿਲਿਆ ਪ੍ਰਵਾਣ ਵਾਹਿਗੁਰੂ ਨਾ ਤੇ ਸਮਰਨ ਨਾ ਆਪਣੇ ਧਿਆਨ ਗੁਰੂ ਪਿਆਰਿਓ ਇਹ ਤੇ ਉਸ ਅਵਸਥਾ ਵਿੱਚ ਜਾ ਕੇ ਪਤਾ ਲੱਗਦਾ ਏ ਕਿ ਇਸ ਅਵਸਥਾ ਦੇ ਵਿੱਚ ਆਨੰਦ ਕੀ ਹੈ ਗੁਰਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਹਨੇਰਾ ਚੰਦ ਚੜਿਆ ਵਾਹਿਗੁਰੂ ਇਸ ਕਰਕੇ ਸਤ ਸੰਗੀਜਨੋ ਸਹਿਜ ਦੀ ਪ੍ਰਾਪਤੀ ਕਰਨੀ ਹੈ ਤੇ ਗੁਰੂ ਪਾਤਸ਼ਾਹ ਤੋਂ ਇਹ ਗਿਆਨ ਪ੍ਰਾਪਤ ਕਰੋ ਕਿਉਂਕਿ ਸਹਿਜੇ ਸਹਿਜੇ ਇਹ ਕਾਲੀ ਦਾ ਮਾਰਗ ਨਹੀਂ ਗੁਰਸਿੱਖੀ ਕਾਲੀ ਦਾ ਮਾਰਗ ਨਹੀਂ ਕਿ ਅਸੀਂ ਛਾਲ ਮਾਰ ਕੇ ਸੱਚਖੰਡ ਵਿੱਚ ਬਰ ਜਾਈਏ ਨਹੀਂ ਇਹ ਸਹਿਜੇ ਸਹਿਜੇ ਪਹਿਲਾਂ ਧਰਮਖੰਡ ਆਉਂਦਾ ਏ ਫਿਰ ਗਿਆਨ ਕਰਮਖੰਡ ਆਉਂਦਾ ਏ ਫਿਰ ਸ਼ਰਮਖੰਡ ਆਉਂਦਾ ਏ ਫਿਰ ਕਰਮ ਖੰਡ ਆਉਂਦਾ ਏ ਤੇ ਫਿਰ ਜਾ ਕੇ ਕਿਤੇ ਸੱਚ ਖੰਡ ਦੀ ਪ੍ਰਾਪਤੀ ਹੁੰਦੀ ਏ ਕਾਲੀ ਦਾ ਮਾਰਗ ਨਹੀਂ ਹੌਲੀ ਹੌਲੀ ਜੇ ਚੱਲਾਂਗੇ ਤੇ ਫਿਰ ਤੇ ਪਹੁੰਚ ਜਾਵਾਂਗੇ ਨਹੀਂ ਤੇ ਗੁਰੂ ਪਿਆਰਿਓ ਇਸ ਆ ਮਾਰਗ ਤੇ ਚੱਲਦੇ ਚੱਲਦੇ ਕਈ ਰਸਤੇ ਵਿੱਚ ਹੀ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਦ੍ਰਿੜਤਾ ਨਹੀਂ ਹੁੰਦੀ ਕੁਝ ਪ੍ਰਾਪਤ ਹੋਇਆ ਕੁਝ ਅਕਾਲ ਪੁਰਖ ਦੀ ਕਿਰਪਾ ਹੋਈ ਕਰਦੇ ਵਿੱਚ ਖੁਸ਼ੀਆਂ ਆਈਆਂ ਮਾਇਆ ਮਿਲ ਗਈ ਤੇ ਮਨੁੱਖ ਫਿਰ ਉੱਥੇ ਕੇ ਰਿੱਧੀਆਂ ਸਿਧੀਆਂ ਦੇ ਵਿੱਚ ਟਿਕ ਜਾਂਦਾ ਹੈ ਕਿਉਂਕਿ ਰਿੱਧੀਆਂ ਸਿਧੀਆਂ ਤਾਂ ਫਿਰ ਮਿਲਣੀਆਂ ਆਈਆਂ ਰਿਧਿਸਦਨਾਵੇ ਕੀ ਦਾ ਸੀ ਤੇ ਨਾਮ ਨੂੰ ਆਪਾਂ ਸਮਝਿਆ ਕੋਈ ਨਹੀਂ ਨਾਮ ਕੀ ਹੈ ਨਾਮਾਂ ਦੇ ਬੜੇ ਝਗੜੇ ਨੇ ਕੋਈ ਕਹਿੰਦੇ ਸਾਡੇ ਗੁਰੂ ਤੋਂ ਨਾਮ ਮਿਲਦਾ ਹੈ ਕੋਈ ਕਹਿੰਦਾ ਨਹੀਂ ਸਾਡੇ ਧਰਮ ਦਾ ਆ ਨਾਮ ਹੈ ਦੂਸਰੇ ਦਾ ਨਹੀਂ ਲੈਣਾ ਪਰ ਗੁਰੂ ਪਿਆਰਿਓ ਨਾਮ ਦੀ ਸਮਝ ਜਿਨ੍ਹਾਂ ਨੂੰ ਪਈ ਹੈ ਉਹਨਾਂ ਨੇ ਦੱਸਿਆ ਉਹਨਾਂ ਨੇ ਨਾਮਾਂ ਦੇ ਵਿੱਚ ਤੇ ਕੋਈ ਬਿਤਕਰਾ ਛੱਡਿਆ ਹੀ ਨਹੀਂ ਤੇ ਸਤਿਗੁਰੂ ਪਾਚਾ ਕਹਿੰਦੇ ਜਿਸ ਦਿਨ ਤੂੰ ਨਾਮ ਸਮਝ ਗਿਆ ਨਾ ਸਰਬ ਰੋਗ ਕਾ ਔਖਦ ਨਾਮ ਤੇਰੇ ਸਾਰੇ ਦੁੱਖ ਆਧੀਆਂ ਵਿਆਧੀਆਂ ਉਪਾਧੀਆਂ ਸਾਰੇ ਦੁੱਖ ਖਤਮ ਹੋ ਜਾਣਗੇ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਆਪਾਂ ਬੜੇ ਪਿਆਰ ਦੇ ਨਾਲ ਸ਼ਬਦ ਪੜ੍ਹਦੇ ਆਂ ਰਾਗੀ ਸੰਗੀਤਨ ਕਰਦੇ ਨੇ ਜਦੋਂ ਐਸਾ ਸ਼ਬਦ ਪੜ੍ਹਦੇ ਆ ਤੇ ਅਸੀਂ ਵੀ ਨਾਲੇ ਬੋਲ ਪੈਨੇ ਆ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਏ ਪੂਰਨ ਸਤਿਗੁਰੂ ਗਿਆਨ ਗੁਰੂ ਪਿਆਰਿਓ ਨਾਮ ਕੋਈ ਵੀ ਲੈ ਲਓ ਨਾਮ ਨੂੰ ਸਮਝਣਾ ਪਵੇਗਾ ਕਿ ਨਾਮ ਇੱਕ ਸ਼ਕਤੀ ਹੈ ਉਹ ਸ਼ਕਤੀ ਜਿਹੜੀ ਸਾਡੀ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਂਦੀ ਹੈ ਇਸ ਕਰਕੇ ਨਾਮ ਦੀ ਜੋਤ ਅੰਦਰ ਜਗ ਜਾਵੇ ਕਰ ਕਿਰਪਾ ਜੋ ਸਤਿਗੁਰੂ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਗੁਰੂ ਪਿਆਰਿਓ ਇਹ ਸਤਿਗੁਰੂ ਪਾਤਸ਼ਾਹ ਨਾਮ ਤੇਰੇ ਕੀ ਜੋਤ ਲਗਾਈ ਕੀ ਅਸੀਂ ਜੋਤ ਲਗਾਈ ਹੈ ਵਾਹਿਗੁਰੂ ਭਇਓ ਉਜਿਆਰੋ ਪਵਨ ਸੁਗਲਾਰੇ ਅਸੀਂ ਬਾਹਰ ਲਿਆਂ ਜੋਤਾਂ ਜਗਾ ਦਿੱਤੀਆਂ ਦੀਵੇ ਜਗਾ ਦਿੱਤੇ ਕੈਂਡਲ ਜਗਦੇ ਪਏ ਨੇ ਚਰਾਗ ਜਗਦੇ ਪਏ ਨੇ ਧਰਮਕ ਸਥਾਨਾਂ ਤੇ ਕੋਈ ਘਰ ਵਿੱਚ ਬਾਲ ਰਿਹਾ ਹੈ ਗੁਰੂ ਪਾਚਾ ਕਹਿੰਦੇ ਬਾਲੋ ਜੋਤਾਂ ਬਾਲੋ ਪਰ ਇਹ ਤੋਂ ਸਿੱਖਿਆ ਪ੍ਰਾਪਤ ਕਰੋ ਉਹ ਜੋ ਜਗਦੀ ਹੋਈ ਜੋਤ ਸਾਨੂੰ ਇਹ ਸਿੱਖਿਆ ਦਿੰਦੀ ਕਿ ਇਹੋ ਜਿਹੀ ਜੋਤ ਤੇਰੇ ਅੰਦਰ ਜਗ ਰਹੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸਕੇ ਚਾਨਣ ਸਭ ਮੈਂ ਚਾਨਣ ਹੋਈ ਇਸ ਕਰਕੇ ਗੁਰੂ ਪਿਆਰਿਓ ਚਾਨਣ ਕਰਨ ਵਾਸਤੇ ਸਾਨੂੰ ਕੁਝ ਮਿਹਨਤ ਕਰਨੀ ਪੈਂਦੀ ਹੈ ਦੀਵਾ ਬੁਝਿਆ ਹੋਵੇ ਜਗਾਉਣਾ ਹੈ ਸਾਨੂੰ ਮਾਚਸ ਲੈਣੀ ਪਊਗੀ ਫਿਰ ਮਾਚਸ ਨੂੰ ਰਗੜਨਾ ਪਵੇਗਾ ਤੀਲੀ ਨੂੰ ਰਗੜਨਾ ਪਵੇਗਾ ਤੀਲੀ ਜਗਦੀ ਹੈ ਦੀਵੇ ਨੂੰ ਲੱਗਦੀ ਹੈ ਤੇ ਦੀਵਾ ਜਗ ਜਾਂਦਾ ਹੈ ਔਰ ਸੱਚ ਜਾਣਿਓ ਜੇ ਜਗਦੇ ਹੋਏ ਦੀਵੇ ਨੂੰ ਕੋਈ ਕਹੇ ਕਿ ਇਸ ਤੋਂ ਹੋਰ ਦੀਵੇ ਜਗਣ ਤੇ ਭਾਵੇਂ ਲੱਖਾਂ ਹੀ ਆ ਜਾਣ ਲੱਖਾਂ ਹੀ ਬੁਝੇ ਹੋਏ ਦੀਵੇ ਆ ਜਾਣ ਉਹ ਦੀਵਾ ਸਭ ਨੂੰ ਜਗਾ ਦਿੰਦਾ ਏ ਗੁਰੂ ਕੀ ਨੇ ਇਹ ਜਗੇ ਹੋਏ ਦੀਵੇ ਨੇ ਇੱਥੇ ਸਾਡੇ ਵਰਗੇ ਬੁਝੇ ਹੋਏ ਦੀਵੇ ਲੈ ਕੇ ਆਉਂਦੇ ਨੇ ਜਦੋਂ ਸਤਗੁਰੂ ਦਾ ਚਰਨ ਛੂ ਪ੍ਰਾਪਤ ਕਰਦੇ ਨੇ ਗਿਆਨ ਪ੍ਰਾਪਤ ਕਰਦੇ ਨੇ ਤੇ ਗੁਰੂ ਪਿਆਰੇ ਉਹ ਵੀ ਦੀਵਾ ਜਗ ਜਾਂਦਾ ਏ ਇਸ ਕਰਕੇ ਆਓ ਅੱਜ ਲੋੜ ਹੈ ਗੁਰਬਾਣੀ ਦੇ ਗਿਆਨ ਨੂੰ ਅਪਣਾਉਣ ਦੀ ਜਿਨ੍ਹਾਂ ਨੇ ਅਪਣਾ ਲਿਆ ਗੁਰੂ ਪਿਆਰਿਓ ਉਹ ਆਪਣੇ ਜੀਵਨ ਦੇ ਵਿੱਚ ਕਦੇ ਵੀ ਫਿਰ ਅਸਫਲ ਨਹੀਂ ਹੁੰਦੇ ਸਫਲ ਜਨਮ ਜੀਵਨ ਪ੍ਰਵਾਨ ਹੋ ਜਾਂਦਾ ਏ ਵੇਖੋ ਸੇ ਇੱਕ ਵਾਰ ਇਹ ਸਭ ਕੁਝ ਕਰਕੇ ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਅਸੀਂ ਇਸ ਨਾਮ ਨੂੰ ਸਮਝੀਏ ਬਾਣੀ ਨੂੰ ਸਮਝੀਏ ਸ਼ਬਦ ਨੂੰ ਸਮਝੀਏ ਜੋ ਮਰਜੀ ਆਖ ਲਈਏ ਸ਼ਕਤੀ ਹੈ ਬਾਣੀ ਸ਼ਕਤੀ ਹੈ ਸ਼ਬਦ ਸ਼ਕਤੀ ਹੈ ਨਾਮ ਸ਼ਕਤੀ ਹੈ ਔਰ ਉਹ ਸ਼ਕਤੀ ਵੀ ਸਾਰੇ ਘਟਾਂ ਦੇ ਵਿੱਚ ਹੈ ਤੇ ਸਾਡੇ ਘਟ ਦੇ ਅੰਦਰ ਵੀ ਉਹ ਸ਼ਕਤੀ ਹੈ ਲੇਕਿਨ ਅਸੀਂ ਬਾਹਰ ਮੁਖੀ ਹੋ ਕੇ ਪਟਕਦੇ ਰਹਿੰਨੇ ਆ ਬਾਹਰ ਮੁਖੀ ਹੋ ਕੇ ਕਰਮ ਕਾਂਡ ਕਰਦੇ ਰਹਿੰਨੇ ਆ ਗੁਰੂ ਪਾਤਸ਼ਾਹ ਨੇ ਜਿੱਦੜ ਇਸ਼ਾਰਾ ਕੀਤਾ ਸੀ ਉਧਰ ਨੂੰ ਚੱਲੇ ਹੀ ਨਹੀਂ ਅੰਤਰਮੁਖੀ ਸਦਾ ਸੁਖੀ ਬਾਹਰ ਮੁਖੀ ਸਦਾ ਦੁਖੀ ਇਹ ਹੁਣ ਮਨੁੱਖ ਦੀ ਆਪਣੀ ਮਰਜ਼ੀ ਹੈ ਜੇ ਦੁੱਖਾਂ ਵਾਲ ਦੇ ਪਾਸੇ ਨੂੰ ਜਾਣਾ ਤੇ ਤੂੰ ਜਾ ਸਕਦਾ ਹੈ ਜੇ ਸੁੱਖਾਂ ਵੱਲ ਨੂੰ ਜਾਣਾ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਅੰਤਰ ਆਤਮਿਕ ਜਾ ਤੈਨੂੰ ਸਾਰੇ ਹੀ ਸੁੱਖ ਪ੍ਰਾਪਤ ਹੋਣਗੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਬਚਨ ਆਪ ਸਰਵਣ ਕਰ ਰਹੇ ਹੋ ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਆਪ ਇਹ ਬਚਨ ਕਮਾਏ ਬਚਨ ਕਮਾ ਕੇ ਆਪ ਉਹ ਗੁਰਗੱਦੀ ਦੇ ਮਾਲਕ ਬਣੇ ਨੇ ਹਾਂਜੀ ਵਾਹਿਗੁਰੂ ਜੀ ਤੇ ਸਤਿਗੁਰੂ ਜੀ ਗੁਰਮਰਦਾਸ ਮਹਾਰਾਜ ਪਾਸ਼ਾ ਉਹਨ ਇੱਥੇ ਸਾਨੂੰ ਅਵਸਥਾ ਦੱਸਦੇ ਪਏ ਨੇ ਕਿ ਭਾਈ ਰੇ जग ਦੁਖਿਆ ਦੂਜੇ ਪਾਏ ਅੱਜ जग ਦੁਖੀ ਹੈ ਕਿਉਂ ਦੂਜੇ ਪਾਏ ਲੱਗਾ ਜਿਸਾਂ ਆਪ ਜੀ ਨੇ ਬੜੇ ਸੁਣੇ ਸੱਜੇ ਸਬਜਾਂ ਦੱਸਿਆ ਕਿ ਮਨਮੁੱਖਾਂ ਨਾਲ ਨਹੀਂ ਸਾਡੀ ਗੱਤ ਹੀ ਹੋਣੀ ਅਸੀਂ ਆਪਣਾ ਜੀਵਨ ਸਾਥ ਕਰਨਾ ਹੈ ਤਾਂ ਆਪਣੀ ਮਾਤਰ ਨੂੰ ਛੱਡ ਕੇ ਤੇ ਗੁਰਮੁਖ ਹੋ ਕੇ ਗੁਰਮਤ ਨਾਲ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰਨੀ ਹੈ ਤੇ ਇਥੇ ਸਤਿਗੁਰੂ ਜੀ ਨੇ ਖੁਲਾਸਾ ਕੀਤਾ ਹੈ ਭਾਈ રે जग ਦੁਖਿਆ ਦੂਜੇ ਪਾਏ ਅਸੀਂ ਦੂਜੇ ਪਾਏ ਲੱਗੇ ਦੁਖੀ ਹਾਂ ਤੇ ਫਿਰ ਸੁਖੀ ਕਿਵੇਂ ਹੋਣਾ ਮਹਾਰਾਜ ਨੇ ਇਹਦੀ ਬਖਸ਼ਿਸ਼ ਕਰਤੀ ਗੁਰ ਸ਼ਰਨਾਈ ਹੂੰ ਹੂੰ ਤੇ ਪਾਗਾ ਵਾਲਿਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮਠਾ ਟੇਕਣ ਵਾਲਿਓ ਗੁਰੂ ਦੀ ਸ਼ਰਨੀ ਪੈਣ ਦਾ ਭਾਓ ਹੀ ਹੈ ਕਿ ਗੁਰਬਾਣੀ ਸੁਣੀਏ ਹੂੰ ਪੜੀਏ ਜਿਹੜੇ ਮੇਰੇ ਭਰਾ ਪੜਨ ਥੋੜਾ ਕਠਿਨਤਾ ਮਹਿਸੂਸ ਕਰਦੇ ਨੇ ਉਹ ਸੁਣਨ ਬਾਣੀ ਹੂੰ ਹੂੰ ਤੇ ਗੁਰ ਸ਼ਰਨਾਈ ਸੁਖ ਲਹਿ ਅੰਦਨ ਨਾਮ ਧਿਆਏ ਜਦੋਂ ਅਸੀਂ ਗੁਰਬਾਣੀ ਸੁਣਦੇ ਆ ਅਸੀਂ ਇਦਾਂ ਹੀ ਗੁਰੂ ਦੇ ਸ਼ਰਨੀ ਪੈਣ ਦੀ ਇਹ ਹੀ ਅਵਸਥਾ ਹੈ ਕਿਉਂਕਿ ਮੈਂ ਆਪਣੇ ਸਤਿਗੁਰਾਂ ਦੇ ਚਰਨੀ ਕਿਵੇਂ ਲੱਗਣਾ ਹੈ ਮੈਂ ਆਪਣੇ ਸਤਿਗੁਰਾਂ ਦੀ ਸ਼ਰਨੀ ਕਿਵੇਂ ਆਉਣਾ ਹੈ ਹਾਂਜੀ ਤੇ ਅਸੀਂ ਜਦੋਂ ਗੁਰਬਾਣੀ ਨਾਲ ਜੁੜਦੇ ਆ ਤੇ ਗੁਰਬਾਣੀ ਸਾਨੂੰ ਸਮਝ ਆਉਂਦੀ ਹੈ ਫਿਰ ਸਾਨੂੰ ਇਸ ਉੱਤੇ ਜਦੋਂ ਅਸੀਂ ਅਮਲ ਕਰਦੇ ਆ ਭਾਗ ਲੱਗਦੇ ਨੇ ਤਾਂ ਇੱਥੇ ਆਪ ਜੀ ਨਾਲ ਉਹੀ ਸਾਂਝ ਪਾਣੇ ਆ ਕਿ ਵੀ ਅਨੁਭਵ ਦੀ ਗੱਲ ਅੱਜ ਵੀ ਪਿਆਰਿਓ दास ਦੀ ਅਵਸਥਾ ਨਹੀਂ ਇਹ ਮਨ ਕੂੜ ਭਰਿਆ ਤੇ ਕਈ ਐਸੇ ਸਮੇਂ ਦੇ ਵਿਚਾਰ ਨਹੀਂ ਚਿਤ ਕਰਦਾ ਪਿਆ ਹੁੰਦਾ ਕਿ ਅਸੀਂ ਸਤ ਗੁਰਾਂ ਦੇ ਕਿਉਂਕਿ ਹੁਣ ਜਿਹੜੇ ਹਾਲਾਤ ਨੇ ਸੈਂਚੀਆਂ ਗੁਰੂ ਘਰਾਂ ਚ ਬਹੁਤਿਆਂ ਦੇ ਘਰਾਂ ਚ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਹੈ ਤੇ ਜਿਹੜੇ ਭਾਗਾ ਵਾਲੇ ਨੇ ਸਤ ਗੁਰਾਂ ਦੇ ਪ੍ਰਕਾਸ਼ ਘਰ ਸੇਵਾ ਬਖਸ਼ੀ ਹੋਈ ਹੈ ਮਹਾਰਾਜ ਨੇ ਤੇ ਗੁਰੂ ਮਹਾਰਾਜ ਰਾਈ ਸੈਂਚੀਆਂ ਰਾਈ ਹੂੰ ਸੱਚ ਜਾਣੋ ਇੱਕ ਆਂਗ ਢੋ ਅੰਗ ਤੱਕ ਇਹ ਮਨ ਕਈ ਵਾਰੀ ਵਿਚਰਤ ਹੁੰਦਾ ਹੈ ਹਮਮ ਸਿਰਫ 4 ਮਿੰਟ ਦੀ ਖੇਡ ਹੈ ਪੰਜਵੇਂ ਮਿੰਟ ਦੇ ਵਿੱਚਕਾਰ ਇਸ ਮਨ ਨੂੰ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਬਾਣੀ ਨਿਰਮਲ ਹੈ ਬਾਣੀ ਪਵਿੱਤਰ ਹੈ ਬਾਣੀ ਪੁਨੀਤ ਹੈ ਬਾਣੀ ਸੱਚ ਹੈ ਸੋ ਅਸੀਂ ਜਦੋਂ ਸਤਗੁਰਾਂ ਨਾਲ ਮਿਲਦੇ ਹਾਂ ਬਾਣੀ ਪੜ੍ਹਦੇ ਹਾਂ ਤੇ ਉਹਦੇ ਨਾਲ ਸਾਡੇ ਆਉਗਣ ਸਜੇ ਸਜੇ ਮਿਟਦੇ ਨੇ ਤੇ ਜਦੋਂ ਔਗਣ ਮਿਟਕੇ ਅਸੀਂ ਅੱਗੇ ਵਧਦੇ ਆਂ ਹੂੰ ਹੂੰ ਤੇ ਸੇਵਾ ਤੇ ਸਿਮਰਨ ਦਾ ਸੁਮੇਕ ਮੇਰੇ ਸਤਿਗੁਰ ਜੀ ਬਖਸ਼ਦੇ ਨੇ ਫਿਰ ਉਹ ਨਾਮ ਵੀ ਬਖਸ਼ਦੇ ਨੇ ਇਸ ਰਸਮਾਂ ਤੇ ਹੀ ਸਤਿਗੁਰ ਜੀ ਬਖਸ਼ਿਸ਼ ਕਰਦੇ ਨੇ ਹੂੰ ਤੇ ਫਿਰ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਇੱਥੇ ਐ ਰਹਾ ਉਹਦਾ ਬੰਦ ਮਹਾਰਾਜ ਬਖਸ਼ਦੇ ਨੇ ਫਿਰ ਅੱਗੇ ਦੇ ਉਪਦੇਸ਼ ਸਾਚੇ ਮੇਲ ਨਾਲ ਲੱਗ ਗਈ ਸਾਚੇ ਮੈਲ ਸਾਚੇ ਮੈਲਨਾ ਲੱਗਈ ਮਨ ਨਿਰਮਲ ਹਰ ਤੇ ਆਏ ਗੁਰਮੁਖ ਸ਼ਬਦ ਪਛਾਣੀਏ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ ਏ ਮਹਾਰਾਜ ਫਿਰ ਦੁਜੇ ਅਪ੍ਰੈਸਿਸ ਬਚਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀਓ ਭਾਈ ਸਾਹਿਬ ਨੇ ਬੜੇ ਪਿਆਰ ਦੇ ਨਾਲ ਆਖਿਆ ਏ ਕਿ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਨੂੰ ਸਜਦਾ ਕਰਨ ਵਾਲਿਓ ਵਾਹਿਗੁਰੂ ਮੱਥਾ ਟੇਕਣਾ ਅਪਰਾਧੀ ਧੁਣਾ ਨਿਵੇ ਜੋ ਹੰਤਾ ਮਰ ਗਾਏ ਸੀ ਸੁਣ ਬਾਈਏ ਕਹਿਤੀਏ ਵਾਹਿਗੁਰੂ ਜਰੂਰ ਦੇ ਕੁਸੂਦੇ ਜਾਏ ਅਸੀਂ ਗੁਰੂ ਦਰਬਾਰ ਉਪੇ ਚ ਜਾਂਦੇ ਆ ਮੱਥਾ ਟੇਕਦੇ ਆ ਸ਼ਬਦ ਕੀਰਤਨ ਸੁਣਦੇ ਆ ਪ੍ਰਸ਼ਾਦ ਲੈਂਦੇ ਆ ਲੰਗਰ ਛਕਦੇ ਆ ਘਰ ਨੂੰ ਆ ਜਾਂਦੇ ਆ ਕੀ ਇਹ ਸਾਡਾ ਸਭ ਕੁਝ ਪ੍ਰਵਾਨ ਹੋ ਗਿਆ ਗੁਰੂ ਪਾਚਾ ਕਹਿੰਦੇ ਨਹੀਂ ਅਜੇ ਮੱਥਾ ਟੇਕਿਆ ਨਹੀਂ ਗਿਆ ਕਿਉਂਕਿ ਗੁਰੂ ਦੇ ਗਿਆਨ ਨੂੰ ਆਪਣੇ ਮਸਤਕ ਵਿੱਚ ਟਿਕਾਉਣਾ ਹੈ ਜੇਕਰ ਮਨ ਵਿੱਚ ਨਹੀਂ ਟਿਕਿਆ ਤੇ ਸਮਝ ਲੈਣਾ ਕਿ ਅਜੇ ਤੱਕ ਅਸੀਂ ਗੁਰੂ ਦੇ ਨਾਲ ਜੁੜੇ ਹੀ ਨਹੀਂ ਸੋ ਗੁਰੂ ਦਾ ਗਿਆਨ ਮਸਤਕ ਵਿੱਚ ਟਿਕਾ ਲੈਣਾ ਹੀ ਮੱਥਾ ਟੇਕਣਾ ਹੈ ਤੇ ਜਿਨ੍ਹਾਂ ਨੇ ਇਹ ਰਮਜ ਦੀਆਂ ਗੱਲਾਂ ਸਮਝ ਲਈਆਂ ਗੁਰੂ ਪਿਆਰਿਓ ਗੁਰਬਾਣੀ ਰਮਜ ਹੈ ਪਰਮਾਤਮਾ ਦੀ ਘਲ ਕਰਦੀ ਹੈ ਨਾ ਰਮਜਾਂ ਵਿੱਚ ਕਰ ਰਹੀ ਹੈ ਤੇ ਜਿਨ੍ਹਾਂ ਨੇ ਇਸ ਰਸ ਨੂੰ ਸਮਝ ਲਿਆ ਗੁਰੂ ਪਾਤਸ਼ਾਹ ਦੀ ਉਹਨਾਂ ਤੇ ਕਿਰਪਾ ਹੋਈ ਹੈ ਇਸ ਕਰਕੇ ਗੁਰਮੁਖ ਪਿਆਰਿਓ ਸਤਿਗੁਰ ਪਾਤਸ਼ਾਹ ਦੀ ਬਾਣੀ ਐਸੀ ਹੈ ਜੋ ਮਨੁੱਖ ਨੂੰ ਪਰਮਾਤਮਾ ਤੱਕ ਲੈ ਕੇ ਜਾਂਦੀ ਹੈ ਔਰ ਇੱਕ ਇੱਕ ਅੱਖਰ ਪੂਰਾ ਗੁਰੂ ਗ੍ਰੰਥ ਸਾਹਿਬ ਤੇ ਮਹਾਨ ਸਾਗਰ ਹੈ ਅਥਾ ਸਾਗਰ ਹੈ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਰੀ ਨਾ ਆਵੇ ਇੱਕ ਅੱਖਰ ਹੀ ਸਾਨੂੰ ਉਸ ਪ੍ਰਮਾਤਮਾ ਤੱਕ ਲੈ ਕੇ ਜਾਂਦਾ ਹੈ ਇਸ ਕਰਕੇ ਗੁਰੂ ਪਿਆਰਿਓ ਆਪਾਂ ਗੁਰਬਾਣੀ ਦੀ ਕਦਰ ਕਰੀਏ ਕਦਰ ਕਿਵੇਂ ਕਰ ਸਕਦੇ ਆ ਇਹ ਨਹੀਂ ਸਤਿਗੁਰੂ ਦੇ ਬਚਨ ਸੁਣ ਲੈ ਸਤਿਗੁਰੂ ਦਾ ਹੁਕਮਨਾਮਾ ਸੁਣ ਲਿਆ ਤੇ ਕੀਤੀਆਂ ਆਪਣੀਆਂ ਮਨਮਰਜ਼ੀਆਂ ਫਿਰ ਗੱਲ ਨਹੀਂ ਬਣੇਗੀ ਇਹ ਆਪਣੇ ਮਨ ਕੀ ਮਤ ਤੇ ਤਿਆਗਣੀ ਹੀ ਪਵੇਗੀ ਗੁਰੂ ਦੀ ਮਤ ਧਾਰਨ ਕਰਨੀ ਪਵੇਗੀ ਤਾਂ ਜਾ ਕੇ ਅਸੀਂ ਗੁਰੂ ਦੇ ਵਿੱਚ ਅਭੇਦ ਹੋ ਸਕਦੇ ਹਾਂ ਸੋ ਧੰਨ Sri ਗੁਰੂ ਅਮਰਦਾਸ ਮਹਾਰਾਜ ਦੀ ਇਹ ਬਾਣੀ ਸਾਨੂੰ ਇਹ ਗੱਲ ਸਮਝਾ ਰਹੀ ਹੈ ਕਿ ਜੋ ਜਨਮ ਜਨਮ ਕੀ ਇਸ ਮਨ ਕੋਲ ਮਲ ਲੱਗੀ ਹੈ ਮੈਲ ਲੱਗੀ ਹੋਈ ਹੈ ਪਾਪ ਵਿਕਾਰ ਕੀਤੇ ਹੋਏ ਨੇ ਮਨੁੱਖ ਇੱਕ ਗਹਿਰੀ ਉਲਝਣ ਦੇ ਵਿੱਚ ਪਿਆ ਹੋਇਆ ਏ ਇਸ ਮੈਲ ਨੂੰ ਕਿਵੇਂ ਉਤਾਰਿਆ ਜਾ ਸਕਦਾ ਏ ਉਹ ਭਾਈ ਸਾਹਿਬ ਜੀ ਆਪ ਜੀ ਨੂੰ ਬੜੇ ਪਿਆਰ ਦੇ ਨਾਲ ਅੱਜ ਦੇ ਇਸ ਸ਼ਬਦ ਦੇ ਦੁਆਰਾ ਸਮਝਾ ਰਹੇ ਨੇ ਕਿ ਇਹ ਮੈਲ ਕਿਵੇਂ ਉਤਾਰੀ ਜਾ ਸਕਦੀ ਹੈ ਵਾਹਿਗੁਰੂ ਜੀ ਗੁਰ ਕਾ ਸ਼ਬਦ ਆਉਗਣ ਮਿਟੇ ਤੇ ਮੇਰੇ ਤੀਜੇ ਪਾਤਸ਼ਾਹ ਇੱਥੇ ਹੋਰ ਬਖਸ਼ਿਸ਼ ਕਰ ਰਹੇ ਨੇ ਸਾਚੇ ਮੈਲ ਨਾ ਲੱਗ ਗਈ ਮਨ ਨਿਰਮਲ ਹਰਤੇ ਆਏ ਉਹ ਜਿੱਦਾਂ ਉਹ ਸੱਚਾ ਸੱਚਾ ਹੈ ਨਿਰਮਲ ਹੈ ਔਰ ਗੁਰਬਾਣੀ ਰੂਪ ਹੋ ਕੇ ਪ੍ਰਕਾਸ਼ਮਾਨ ਹੈ ਤਾਂ ਫਿਰ ਇਸ ਦੀ ਕਮਾਈ ਨਾਲ ਸੱਚਾ ਮਨ ਸੱਜ ਸੱਜੇ ਹੋ ਜਾਏਗਾ ਇਹ ਨਿਰਮਲ ਹੋ ਜਾਏਗਾ ਕਿਉਂਕਿ ਨਿਰਮਲ ਨਾਲ ਮਿਲਦੇ ਪਏ ਆ ਨਿਰਭਉ ਨਾਲ ਮਿਲਦੇ ਪਏ ਆ ਤੇ ਗੁਣਾਂ ਦੇ ਖਜ਼ਾਨੇ ਨਾਲ ਮਿਲਦੇ ਪਏ ਆ ਤੋਂ ਇਹ ਗੁਣ ਜਾਣਗੇ ਫਿਰ ਗੁਰਮੁਖ ਸ਼ਬਦ ਪਛਾਣੀ ਹੈ ਹਰ ਅੰਮ੍ਰਿਤ ਨਾਮ ਸਮਾਏ ਹੂੰ ਉਹ ਪਿਆਰਿਓ ਸਹਿਜ ਸਹਿਜੇ ਸਮਝ ਵੀ ਆਣ ਲੱਗ ਪੈਂਦੀ ਔਰ ਜਿਤਨੀ ਸਮਝ ਆ ਜਾਏ ਨਾ ਗੁਰੂ ਪਿਆਰਿਓ ਕਦੇ ਨਹੀਂ ਸੋਚਣਾ ਚਾਹੀਦਾ ਕਿ ਇਹ ਮੈਨੂੰ ਸਮਝ ਆ ਗਿਆ ਕਿਉਂਕਿ ਬਾਣੀ ਬੇਅੰਤ ਹੈ ਹੂੰ ਬਾਣੀ ਅਕਤ ਹੈ ਆਪਣੇ ਆਪਣੇ ਭਾਂਡੇ ਮੁਤਾਬਕ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਸੁਜੀ ਬਖਸ਼ਦੇ ਨੇ ਹੂੰ ਕਿਉਂਕਿ ਮੇਰਾ ਹਾਜ਼ਮਾ ਜਿਤਨਾ ਹੈ ਨਾ ਮੇਰੇ ਸਤਗੁਰੂ ਪਤਾ ਹੈ ਸਵਾਰਦੇ ਨੇ ਔਰ ਸਵਾਰਦੇ ਪੈਨੇ ਔਰ ਸਭ ਤੋਂ ਪਹਿਲੇ ਤਾਂ ਸਾਨੂੰ ਇਸ ਗੱਲ ਦਾ ਅਪ ਵਿਚਾਰ ਪੱਕਾ ਪੱਕਾ ਲੈਣਾ ਚਾਹੀਦਾ ਹੈ ਕਿਉਂਕਿ ਸ਼ਬਦ ਆ ਕੇ ਪ੍ਰਕਾਸ਼ਮਾਨ ਹੈ ਦਿਨ-ਬਦਨ ਚੜਦੀ ਕਲਾ ਹੈ ਹਮਮ ਔਰ ਪਿਆਰਿਓ ਇਸ ਸਮੇ ਛਾਣਨ ਵੀ ਲੱਗਾ ਹੈ ਸਭ ਸਫਾਈ ਹੋ ਜਾਣੀ ਖوار ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਤੇ ਮੇਰੇ ਸਤਿਗੁਰੂ ਜੀ ਇੱਕ ਖਸਮ ਕੀ ਬਾਣੀ ਇੱਕ ਕਿਸੇ ਮੇਰੇ ਤੇਰੇ ਦੀ ਨਹੀਂ ਸਭ ਦੀ ਹੈ ਸਾਨੂੰ ਗੁਰੂ ਘਰ ਦਾ ਬੱਚਾ ਹੋਣ ਦੇ ਪੁੱਤਰ ਹੋਣ ਦਾ ਮਾਣ ਹੋਣਾ ਚਾਹੀਦਾ ਹੈ ਕਮਾਂਡ ਬਿਲਕੁਲ ਨਹੀਂ ਕਿਉਂਕਿ ਬਾਣੀ ਤਾਂ ਸੇਵਾਦਾਰਾਂ ਦੀ ਹੈ ਜਿਨ੍ਹਾਂ ਨੇ ਸੇਵਾ ਕੀਤੀ ਹੈ ਜਿਨ੍ਹਾਂ ਨੇ ਪਿਆਰ ਪਾਇਆ ਹੈਗਾ ਵੇ ਉਹ ਬਖਸ਼ਿਸ਼ਾਂ ਲੈ ਕੇ ਗਏ ਨੇ ਤੇ ਗੁਰਮੁਖ ਸ਼ਬਦ ਪਛਾਣੀਏ ਸਹਜੇ ਸਹਜੇ ਸ਼ਬਦ ਦੀ ਪਛਾਣ ਆਉਂਦੀ ਹੈ ਤੇ ਹਰ ਅੰਮ੍ਰਿਤ ਨਾਮ ਸਮਾਏ ਇਹ ਮੇਰੇ ਪਿਆਰਿਆਂ ਨੇ ਬਹੁਤ ਠੋਣੇ ਸੁਣਾ ਕਿਆ ਨਾਮ ਹੈ ਕੀ ਨਾਮ ਦੀ ਕਮਾਈ ਕਿਦਾਂ ਕਰਨੀ ਹੈ ਨਾਮ ਨੂੰ ਕਿਦਾਂ ਹੰਡਾਣਾ ਹੈ ਇਹ ਮੇਰੇ ਗੁਰੂ ਮਹਾਰਾਜ ਸਹਿਜ ਸਾਡੇ ਅਵਸਥਾ ਮੁਤਾਬਕ ਸਮਝਾਉਂਦੇ ਜਾਣਦੇ ਨੇ ਔਰ ਸਭਾਂ ਨੂੰ ਪਰਵਾਨ ਹੈ ਹਮ ਹਮ ਕਿਸੇ ਨੂੰ ਜਿਸ ਲੈਵਲ ਤੱਕ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਉਹ ਵੀ ਠੀਕ ਨੇ ਜਿਹੜੇ ਅੱਗੇ ਪਹੁੰਚੇ ਨੇ ਉਹ ਵੀ ਠੀਕ ਨੇ ਜਿਹੜੇ ਪਹੁੰਚੇ ਨੇ ਉਹ ਵੀ ਠੀਕ ਨੇ ਇਹ ਤੇ ਬੇਅੰਤ ਹੈ ਸੋ ਆਪਣਾ ਆਪਣਾ ਮੰਥਨ ਹੈ ਗੁਰਮੁਖ ਸ਼ਬਦ ਪਛਾਣੀਏ ਹਰ ਅੰਮ੍ਰਿਤ ਨਾਮ ਸਮਾਏ ਫਿਰ ਗੁਰ ਗਿਆਨ ਹਮ ਹਮ ਪਰਚੰਡ ਹਮ ਇੱਕ ਤੇ ਹੁੰਦਾ ਇੱਕ ਜੀਵ ਦੀਵਾ ਬਲਣਾ ਹੂੰ ਇਤੇ ਪਰਚੰਡ ਬਲਾਇਆ ਹੂੰ ਤੇ ਸਤਿਗੁਰਾਂ ਦੇ ਉਪਦੇਸ਼ ਹੈਗੇ ਨੇ ਕਿ ਜਿੱਤਾ ਚੰਦਾ ਉੱਗੋਏ ਸੂਰਜ ਚੜੇ ਹਜ਼ਾਰ ਹੂੰ ਹੂੰ ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਤੇ ਪਿਆਰਿਓ ਇਸ ਸ਼ਬਦ ਦੇ ਨਾਲੇ ਪਰਚੰਡ ਅਗੇ ਗਿਆਨ ਜਿਹੜਾ ਹੈਗਾ ਵੇ ਇਹ ਬਲਦਾ ਹੈ ਗੁਰ ਗਿਆਨ ਪਰਚੰਡ ਬਲਾਇਆ ਤੇ ਮੇਰੇ ਕਈ ਜਨਮਾਂ ਦਾ ਅੰਧੇਰਾ ਜੜਾ ਹੈਗਾ ਅਗਿਆਨ ਤਾਂ ਜੜੀ ਹੈਗੀ ਐ ਅਗਿਆਨ ਅੰਧੇਰਾ ਜਾਏ ਇਹ ਇੱਕੋ ਇੱਕ ਰਸਤਾ ਹੈਗਾ ਕਿ ਆਪਣੇ ਸ਼ਬਦਾਂ ਨਾਲ ਜੁੜੀਏ ਮੇਰੇ ਪਿਆਰਿਆਂ ਨੇ ਬਹੁਤ ਸੁਣਾਇਆ ਅਸੀਂ ਜਾ ਕੇ ਮਠਾ ਠੇਕਦੇ ਆ ਪਿਆਰਿਓ ਇਹ ਠੀਕ ਹੈ ਤੁਸੀਂ ਗਏ ਮਠਾ ਠੇਕਿਆ ਚਲੋ ਰਹ ਪੈ ਰਾਤ ਪੈਂਡ ਤੇ ਪਿਆ ਪਿਆਰਿਏ ਅੱਗੇ ਵਧੋ ਹੁਣ ਮਠਾ ਠੇਕਿਆ ਹੈ ਹੁਣ ਸੇਵਾ ਵੀ ਕਰੀਏ ਹੱਥ ਸੇਵਾ ਕਰਨ ਹੁਣ ਕੰਨ ਗੁਰਬਾਣੀ ਸੁਣਨ ਹੁਣ ਮੇਰੇ ਸਤਗੁਰਾਂ ਜੀ ਦਾ ਉਪਦੇਸ਼ ਆ ਗਿਆ ਮਹਾਰਾਜ ਨੇ ਬਖਸ਼ਿਸ਼ ਕੀਤੀ ਗੁਰਸਤਕੁਰ ਕਾ ਜੋ ਸਿੱਖ ਠਾਏ ਪਲਕੇ ਉਠ ਹਰਨਾਮ ਤੇ ਆਏ ਇਸ਼ਨਾਨ ਕਰੇ ਪਲਕੇ ਪਰ ਬਾਤੀ ਅਮ ਇਸ਼ਨਾਨ ਕਰੇ ਪਲਕੇ ਪਰ ਬਾਤੀ ਅਮਰਤ ਸਰ ਨਾਏ ਤੇ ਜਦੋਂ ਇਦਾਂ ਦੇ ਉਹ ਦੇ ਸਤਗੁਰਾਂ ਦੇ ਮੈਨੂੰ ਸਮਝ ਆਣ ਲੱਗ ਪਏ ਨੇ ਤੇ ਮੈਂ ਉਹਦੇ ਤੇ ਉੱਦਮ ਕਰਾਂ ਉੱਦਮ ਕਰਾਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਬਿਆਨ ਅਥਾ ਫਿਰ ਦੇਂਦਾ ਦੇ ਲੈਂਦੇ ਠੱਕ ਪਾਏ ਇਹ ਲੈ ਲੈ ਕੇ ਠੱਕ ਜਾਵਾਂਗੇ ਸਭ ਕੁਝ ਬਖਸ਼ਿਸ਼ ਕਰਦੇ ਨੇ ਅੱਗੇ ਮਹਾਰਾਜ ਜਦੋਂ ਸਾਨੂੰ ਕਿਰਪਾ ਬਖਸ਼ ਕੇ ਨਾਲ ਦੇ ਨਾਲ ਹੀ ਨਾ ਸਾਨੂੰ ਮਨਮੁਖ ਗੁਰਮੁਖ ਦੀਵਸਤ ਦਸਦੇ ਨੇ ਕਿ ਡੋਲੋ ਨਹੀਂ ਕਿਉਂਕਿ ਜਦੋਂ ਸਾਨੂੰ ਜਪਜੀ ਸਾਹਿਬ ਦੇ ਵਿੱਚਕਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਇੱਕ ਦੂਜੀ ਬੋ ਲੱਖ ਹੋਵੇ ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਇਹ ਤਰਾਹ ਪਟ ਪੌੜੀਆਂ ਚੜਿਆ ਹੋਏ 21 ਫਿਰ ਅੱਗੇ ਹੀ ਕੰਨੇ ਸੁਣ ਗੱਲਾਂ ਆਕਾਸ ਕੀ ਕੀਟਾ ਈ ਰਿਸ ਹੈ ਕਿੜੀ ਕਿਰੇ ਮਾਨ ਨਾ ਕਰ ਬੈਠੇ ਸੁਣ ਗੱਲਾਂ ਆਕਾਸ ਕੀ ਕੀਟਾ ਈ ਰਿਸ ਕਿ ਨਾਨਕ ਨਦਰੀ ਪਾਈ ਹੈ ਕੁੜੀ ਕੁੜੇ ਠੀਸ ਮਹਾਰਾਜ ਕਿਰਪਾ ਕਰਤੀ ਅਸੀਂ ਜੁੜ ਗਏ ਸਹਿਜ ਪਾਠ ਰਾਹੀ ਸ਼ਬਦ ਰਾਹੀ ਮਾਨ ਨਹੀਂ ਕਰਨਾ ਹੋਰ ਕਨੇ ਨਹੀਂ ਕਿਰਪਾ ਵਾਸਤੇ ਹੱਥ ਪਸਾਰਨੇ ਨੇ ਤੇ ਕਿਰਪਾ ਹੈ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਇੱਥੇ ਸਤਗੁਰਾਂ ਜੀ ਦੇ ਫਿਰ ਉਪਦੇਸ਼ ਪੂਰੇ ਹੋ ਕੇ ਫਿਰ ਅੱਗੇ ਹੀ ਸਾਨੂੰ ਸਾਵਧਾਨ ਕਰਦੇ ਨੇ ਤੇ ਸੋ ਗੁਰੂ ਪ੍ਰੇਮੀ ਜੀ ਨੂੰ ਆਪ ਜੀ ਨੂੰ ਪਤਾ ਹੀ ਹੈ ਕਿ ਬੀਲ ਦੀਵਾ ਜਲੇ ਅੰਧੇਰਾ ਜਾਏ ਕਮਰੇ ਵਿੱਚ ਹਨੇਰਾ ਹੈ ਜੇਕਰ ਹਨੇਰੇ ਵਿੱਚ ਬੈਠ ਕੇ ਆਪਾਂ ਦੀਪਕ 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 ਕਹੀਏ ਤੇ ਕਦੇ ਚਾਨਣਾ ਨਹੀਂ ਹੋਣਾ ਜਗਾਉਣਾ ਪੈਣਾ ਹੈ ਜੈਸੇ ਰਾਤ ਅੰਧੇਰੀ ਮੈਂ ਦੀਪਕ ਦੀਪਕ ਕਹੇ ਤਿਮਰ ਨਾ ਜਾਈ ਜਬ ਲਗ ਨਾ ਜਗਾਈਏ ਇਸ ਗੁਰਬਾਣੀ ਨੇ ਹੀ ਸਾਡੇ ਅੰਦਰ ਚਾਨਣ ਕਰਨਾ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਇਹ ਆ ਰਾਤ ਵਾਲਾ ਅੰਧੇਰਾ ਨਹੀਂ ਅਗਿਆਨਤਾ ਦਾ ਹਨੇਰਾ ਹੈ ਤੇ ਜਿਵੇਂ ਜਿਵੇਂ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਫਿਰ ਲੱਭਾ ਕੀ ਹਰ ਰਤਨ ਪਦਾਰਥ ਲਾਦਾ ਗੁਰੂ ਪਿਆਰਿਓ ਹੈ ਤੇ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਸਾਨੂੰ ਜੀਵਨ ਮਿਲਿਆ ਪਰ ਪ੍ਰਮਾਤਮਾ ਕੀ ਹੈ ਉਹ ਕਿੱਥੇ ਵੱਸਦਾ ਹੈ ਸਾਡਾ ਕਨੈਕਸ਼ਨ ਕਿਵੇਂ ਜੁੜ ਸਕਦਾ ਹੈ ਗੁਰਬਾਣੀ ਸਾਡੇ ਅੰਦਰ ਉਹ ਚਾਨਣ ਕਰਦੀ ਹੈ ਸਤਿਗੁਰੂ ਨੇ ਸਾਡੇ ਤੇ ਇਹ ਕਿਰਪਾ ਕੀਤੀ ਹਰ ਰੋਜ਼ ਆਪਾਂ ਪੜਦੇ ਹਾਂ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਤ ਵੇਖੋ ਸੇ ਕਰਕੇ ਇਹ ਗੁਰੂ ਦੇ ਗਿਆਨ ਦਾ ਜਦੋਂ ਅੰਦਰ ਦੀਵਾ ਜਗ ਜਾਂਦਾ ਹੈ ਨਾ ਮਨੁੱਖ ਦੇ ਅੰਦਰ ਨੂਰ ਹੀ ਨੂਰ ਫੈਲ ਜਾਂਦਾ ਹੈ ਤੇ ਉਹੀ ਪਰਮ ਨੂਰ ਸਾਰੇ ਸੰਸਾਰ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਹਾਂ ਆਓ ਆਓ ਜੋ ਅਗਲੀਆਂ ਪੰਕਤੀਆਂ ਅਪਸਰ ਬਣ ਕੇ ਸਤਿਗੁਰ ਜੀ ਹੁਣ ਮਹਾਰਾਜ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਸਾਫ ਢਾਨ ਹੋ ਕਿਉਂ ਕਿਉਂਕਿ ਅਵਸਥਾ ਉਹਨ ਮੰਨ ਮੁਕਤੀ ਸਾਨੂੰ ਬਖਸ਼ਿਸ਼ ਕਰ ਰਹੇ ਨੇ ਮਨ ਮੁਖ ਮੈਲੇ ਮਲ ਭਰੇ ਹਮੇ ਤ੍ਰਸਨਾ ਵਿਕਾਰ ਬਿਨ ਸ਼ਬਦੇ ਮੈਲ ਨਾ ਉਤਰੇ ਮਰ ਜੰਮੇ ਹੋਏ ਖਾਰ ਮੈਂ ਕਿਦੇ ਜੰਮਣ ਮਰਨ ਆਪਣੇ ਆਪ ਨੂੰ ਖਾਰ ਨਾ ਕਰ ਲਵਾਂ ਮਨ ਮੁਖ ਨਾਮ ਬਣ ਜਾਵਾਂ ਸਤਿਗੁਰੂ ਜੀ ਕਿਰਪਾ ਬਖਸ਼ਦੇ ਨੇ ਕਿ ਸ਼ਬਦ ਦੇ ਨਾਲ ਜੁੜ ਕੇ ਮਨ ਮੁਖਤਾ ਆਪਣੀ ਨੂੰ ਛੱਡੀਏ ਹਮਮ ਔਰ ਗੁਰਮੁਖ ਹੋਈਏ ਗੁਰਦੀ ਮਾਟ ਨੂੰ ਅਪਣਾਈਏ ਸਹਜ ਸਹਜੇ ਮੇਰਾ ਉਧਾਰ ਹੋਣਾ ਸ਼ੁਰੂ ਹੋ ਗਿਆ। ਹੂੰ। ਤਾਂ ਤੁਰਬਾ ਜੀ ਪਲਚ ਰਹੇ ਨਾ ਉਰਵਾਰ ਨਾ ਪਾਰ ਟਿੱਕ ਦੇ ਮੈਂ ਇਹ ਨਾਸ਼ਵੰਤ ਚੀਜ਼ਾਂ ਦੇ ਨਾਲ ਪਲਚਿਆ ਰਿਆ। ਹੂੰ। ਤੇ ਇਸ ਸੱਚ ਦੀ ਕਮਾਈ ਚ ਵਾਂਝਾ ਰਹਿ ਗਿਆ ਤੇ ਫਿਰ ਜੰਮੇ ਵਾਰੋ ਵਾਰ ਵਾਲਾ ਕੰਮ ਕਿਦੇ ਨਾ ਕਰ ਬੈਠਾ। ਸਤਗੁਰ ਪ੍ਰਕਾਸ਼ ਮਾਨ ਨੇ ਗੁਰ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਲਵਾ। ਇਫੇ ਇੱਥੇ ਸਤਿਗੁਰੂ ਜੀ ਹੁਣ ਉਪਦੇਸ਼ ਸੰਪੂਰਨ ਕਰਦਨੇ ਗੁਰਮੁਖ Jap Tap Sansjmi ਹਰਕੇ ਨਾਮ ਪਿਆਰ ਗੁਰਮੁਖ ਸਦਾ ਤੇ ਆਈ ਐ ਏਕ ਨਾਮ ਕਰਤਾਰ ਨਾਨਕ ਨਾਮ ਤੇ ਆਈ ਐ ਸਭਨਾ ਜੀਆਂ ਕਾ ਆਧਾਰ ਸਤਿਗੁਰੂ ਪਿਆਰਿਓ ਇਹ ਸਭਨਾ ਜੀਆਂ ਕਾ ਆਧਾਰ ਬਿਲਕੁਲ ਬਿਲਕੁਲ ਸਭਨਾ ਜੀਆਂ ਕਾ ਇੱਕ ਦਾਤਾ ਵਾਹਿਗੁਰੂ ਸਭਨਾ ਜੀਆਂ ਕਾ ਇੱਕ ਦਾਤਾ ਵਾਹਿਗੁਰੂ ਮੇਰਾ ਵੀ ਦਾਤਾ ਉਹੀ ਹੈ ਵਾਹਿਗੁਰੂ ਪਰਦੇਸੀ ਸਾਹਿਬ ਦਾ ਵੀ ਦਾਤਾ ਉਹੀ ਹੈ ਵਾਹਿਗੁਰੂ ਤੁਹਾਡਾ ਵੀ ਦਾਤਾ ਉਹੀ ਹੈ ਸਾਰੇ ਜੀਅ ਜੰਤ ਦਾ ਦਾਤਾ ਉਹੀ ਹੈ ਉਸ ਦੇ ਕੋਲੋਂ ਇਹ ਦਾਤਾ ਆਪਾਂ ਮੰਗਣੀਆਂ ਨੇ ਤੇ ਉਹ ਤੇ ਦੇ ਰਿਹਾ ਹੈ ਦੇਂਦਾ ਦੇ ਲੈਂਦੇ ਥਗ ਪਾਏ ਜੁਗਾ ਜਗੰਤਰ ਖਾਹੀ ਖਾਹੇ ਸੋ ਸਤ ਸੰਗੀਜ ਨੂੰ ਜਿਤਨੀਆਂ ਵੀ ਸੰਗਤਾਂ ਜੁੜੀਆਂ ਨੇ ਕੁਰਬਾਨੀ ਇਸ ਜਗ ਮੈਂ ਚਾਣਨ ਇਸ ਸਮੇਂ ਦੀ ਸੇਵਾ ਜ਼ਰੂਰ ਕਰੋ ਕਿਸ ਨਾ ਕਿਸੇ ਢੰਗ ਦੇ ਨਾਲ ਸਾਨੂੰ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਲੰਗਰਾਂ ਦੀ ਸੇਵਾ ਬਹੁਤ ਜ਼ਰੂਰੀ ਹੈ ਬੇਅੰਤ ਜਗ੍ਹਾ ਤੇ ਲੰਗਰ ਚੱਲ ਰਹੇ ਨੇ ਤੇ ਇਹਨਾਂ ਲੰਗਰਾਂ ਦੇ ਵਿੱਚ ਜ਼ਰੂਰ ਯੋਗਦਾਨ ਪਾਓ ਸਕਰੀਨ ਤੇ ਵੇਖੋ ਨੰਬਰ ਤੇ ਆਪਣਾ ਯੋਗਦਾਨ ਪਾ ਸਕਦੇ ਹੋ ਇਸੇ ਢੰਗ ਦੇ ਨਾਲ ਅੰਮ੍ਰਿਤ ਵੇਲੇ 7 ਤੋਂ 8 ਵਜੇ ਤੱਕ ਗੁਰੂ ਪਿਆਰਿਓ ਜਾਗਿਆ ਕਰੋ ਅੰਮ੍ਰਿਤ ਵੇਲੇ ਵਾਹਿਗੁਰੂ 7 ਤੋਂ 8 ਵਜੇ ਤੱਕ ਸ਼੍ਰੀ ਹਰਮੰਦਰ ਸਾਹਿਬ ਤੋਂ ਆਇਆ ਹੋਇਆ ਪਾਵਨ ਪਵਿੱਤਰ ਹੁਕਮਨਾਮਾ ਉਸ ਦੀ ਵਿਚਾਰ ਹੁੰਦੀ ਹੈ ਅਧਿਆਤਮਕ ਗਿਆਨ ਦੇ ਨਾਲ ਭਰਪੂਰ ਜ਼ਰੂਰ ਅੰਮ੍ਰਿਤ ਵੇਲੇ ਜੁੜਿਆ ਕਰੋ ਤੇ ਉਸ ਸਮੇਂ ਦੀ ਵੀ ਸੇਵਾ ਜ਼ਰੂਰ ਕਰਿਆ ਕਰੋ ਸੋ ਗੁਰੂ ਪਿਆਰਿਓ ਏਸੀ ਅੱਜ ਦੇ ਵਿਚਾਰ ਜਿਸ ਢੰਗ ਦੇ ਨਾਲ ਗੁਰੂ ਨੇ ਸਾਨੂੰ ਸਮਝ ਬਖਸ਼ਿਸ਼ ਕੀਤੀ ਹੈ ਜਿਉ ਗੁਰੂ ਨੇ ਬੁਲਾਇਆ ਹੈ ਇਹ ਉਸ ਢੰਗ ਦੇ ਨਾਲ ਆਪਾਂ ਬੋਲੇ ਹਾਂ ਸੋ ਹੋਈਆ ਪੁਨਾ ਦੇ ਖਿਮਾ ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣ ਜੋਗੋ ਜ਼ਰੂਰ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ